Dale. ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਇਹਨਾਂ ਦੇ ਗਾਣੇ ਲਾਉਂਦੇ ਹੁੰਦੇ ਵਾ ਅਤੇ ਇਹ ਵੀ ਸੁਣਦੇ ਸੀ। ਹਾਂਜੀ, ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕੌਣ ਗਾਉਂਦੇ ਨੇ। ਮੈਂ 66 'ਚ ਮੈਂ ਸਭ ਤੋਂ ਪਹਿਲਾਂ ਬੁੱਕ ਕੀਤਾ ਸੀ 1966। ਅੱਛਾ, ਅਤੇ ਉਹ ਵੀ ਇਕੱਠ ਹੁੰਦਾ ਸੀ। ਉੱਥੇ ਇੱਕ ਬੰਦਾ, ਉਹਦੇ ਚਿੱਟਾ ਚਾਦਰਾ, ਚਿੱਟਾ ਕੁੜਤਾ, ਕਾਲੀ ਜਾਕਟ, ਐਡਾ ਸ਼ੌਕਦਾ। ਅੱਛਾ ਜੀ। ਤੂੰ ਵੀ ਹੱਥ 'ਚ, ਮੈਂ ਕਹਿੰਦਾ ਵੀ ਇਹ ਮਨ ਜੂਗਾ, ਇਹਦਾ ਕੰਮ ਕਰਾ, ਬੜਾ ਕੰਮ ਕਰਾ ਹੋਇਆ। ਤੁਸੀਂ ਵੱਧ ਕਿੰਨੇ ਖਾਣੇ ਲਾਏ ਨੇ? 4 ਇੱਕ ਦਿਨ 'ਚ ਮੇਰਾ ਰਿਕਾਰਡ ਹੈ। ਵਾਹ ਜੀ ਵਾਹ। ਜਦੋਂ ਉਹ ਮੈਨੂੰ ਆਏ ਕਹਿੰਦੇ ਲੋਹੀਆਂ ਵਾਲੇ ਨੇ ਦੋ ਮੁੰਡੇ, ਕਹਿੰਦੇ ਖੜੇ ਕਹਿੰਦੇ ਖੜੇ। ਮੈਂ ਕਿਹਾ ਫਿਰ ਇਹ ਤਾਂ ਉਹੀ ਨੇ ਜਿਹੜੇ ਦਿਨ ਨੂੰ ਮੈਨੂੰ ਕਹਿ ਕੇ ਗਏ, ਇਹ ਤਾਂ ਮੈਂ ਖਰਾਬ ਹੈ ਕੰਮ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮ ਹਰਿਆਊ ਅਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਯੂਟਿਊਬ ਚੈਨਲ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਇੱਕ ਉਸ ਕਲਾਕਾਰ ਨੂੰ ਮਿਲਾਵਾਂਗੇ, ਇੱਕ ਉਸ ਸ਼ਖਸੀਅਤ ਨੂੰ ਮਿਲਾਵਾਂਗੇ ਜਿਨ੍ਹਾਂ ਦੇ ਪਹਿਲਾਂ ਤੋਂ ਲੈ ਕੇ ਅੱਜ ਤੱਕ ਵੀ ਜਿਹੜੇ ਗਾਣੇ ਨੇ, ਜਦੋਂ ਤਵੇ ਸੀ ਨਾ ਤਵਿਆਂ ਤੋਂ ਲੈ ਕੇ ਹੁਣ ਤੱਕ, ਅੱਜ ਵੀ ਆਮ ਉਵੇਂ ਹੀ ਚੱਲਦੇ ਆ ਜਿਵੇਂ ਪਹਿਲਾਂ ਚੱਲਦੇ ਸੀ। ਅਨੇਕਾਂ ਕਲਾਕਾਰਾਂ ਦੇ ਨਾਲ ਗਾਇਆ ਅਤੇ ਅੱਜ ਵੀ ਉਹਨਾਂ ਦਾ ਉਹੀ ਮੁਕਾਮ ਹੈ ਜਿਹੜਾ ਪਹਿਲਾਂ ਸੀ, ਅਤੇ ਬੜੇ ਵਧੀਆ ਅਤੇ ਬੜੇ ਸੁਰੀਲੇ ਅਤੇ ਇੱਕ ਚੰਗੇ ਇਨਸਾਨ, ਇੱਕ ਪੰਜਾਬੀ ਸੱਭਿਆਚਾਰ ਦੇ ਵਧੀਆ ਕਲਾਕਾਰ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾ ਰਹੇ ਹਨ। ਉਹਨੇ ਸ਼੍ਰੀ ਗੁਰਦਿਆਲ ਨਿਰਮਾਣ ਜੀ ਧੂਰੀ, ਆਓ ਫਿਰ ਕਰਦੇ ਹਾਂ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਤੁਹਾਡੇ ਚੈਨਲ ਦਾ ਰੰਗ ਪੰਜਾਬ ਦੇ ਔਰ ਧਰਮਾ ਹਰਿਆਊ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਥੇ ਘਰ ਆ ਕੇ ਮੇਰਾ ਜੋ ਇੰਟਰਵਿਊ ਕਰ ਰਹੇ ਹੋ, ਮੈਂ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਸਾਨੂੰ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਜੀ। ਸੋ ਉਹਨਾਂ ਸਮਿਆਂ ਦੇ ਵਿੱਚ ਦੇਖਿਆ ਜਾਵੇ ਹੈ ਨਾ ਜੀ, ਆਪਣੇ ਪਿੰਡਾਂ ਦੇ ਵਿੱਚੋਂ ਵੀ ਛੇਤੀ ਕਰਕੇ ਜਿਵੇਂ ਕਹਿੰਦੇ ਨੇ ਕਲਾਕਾਰਾਂ ਦਾ ਗਾਉਣ ਵਾਲਾ ਕੰਮ ਜਿਹੜਾ ਆਪਣਾ ਨਹੀਂ ਮੰਨਿਆ ਜਾਂਦਾ ਸੀ ਹੈ ਨਾ, ਸਿਰਫ ਇੱਕੋ ਹੀ ਸੀਗਾ ਵਰਗ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਉਹੀ ਗਾ ਸਕਦੇ ਸੀਗੇ, ਆਮ ਕੋਈ ਜੱਟਾਂ ਦਾ ਮੁੰਡਾ ਜਾਂ ਪਿੰਡਾਂ ਦਾ ਉਹਨੂੰ ਨਹੀਂ ਸੀ ਮੰਨਦੇ। ਅਤੇ ਫਿਰ ਤੁਸੀਂ ਗਾਇਕੀ ਦੀ ਸ਼ੁਰੂਆਤ ਆ ਜਿਹੜੀ ਕਦੋਂ ਕਰਦੇ ਹੋ ਅਤੇ ਕਿਵੇਂ ਹੁੰਦੀ ਹੈ ਤੁਹਾਡੀ? ਇਸ ਤਰ੍ਹਾਂ ਸੀ ਨਾ, ਮੈਨੂੰ ਬਚਪਨ 'ਚ ਮੈਨੂੰ ਫਿਲਮੀ ਗੀਤ ਸੁਣਨ ਦਾ ਸ਼ੌਕ ਸੀ ਜੀ। ਫਿਲਮੀ ਗੀਤ ਮੈਂ ਬਹੁਤ ਤਸ਼ੱਦਦ ਨਾਲ, ਮੇਰੇ 'ਤੇ ਅਸਰ ਕਰਦੇ ਸੀ ਉਹ। ਅੱਛਾ ਜੀ। ਬਹੁਤ ਸ਼ਿੱਦਤ ਨਾਲ, ਤਸ਼ੱਦਦ ਨਹੀਂ, ਸ਼ਿੱਦਤ ਨਾਲ। ਹਾਂਜੀ। ਅਤੇ ਜਦੋਂ ਇੱਕ ਫਿਲਮ ਆਈ ਨਾਗਿਨ ਜੀ, ਮੇਰਾ ਮਨ ਡੋਲੇ, ਮੇਰਾ ਤਨ ਡੋਲੇ, ਮੇਰੇ ਦਿਲ ਕਾ ਗਿਆ ਕਰਾ ਰਹੇ ਕੌਣ ਬਜਾਏ ਬੰਦਰੀਆਂ। ਹਾਂਜੀ। ਇਹ ਫਿਲਮ ਆਈ ਸੀ 1957-6। ਅੱਛਾ ਜੀ। 56 'ਚ। ਹਾਂਜੀ। ਮੈਂ ਉਦੋਂ ਪੜ੍ਹਦਾ ਸੀ 10ਵੀਂ 'ਚ। ਹਾਂਜੀ। ਉਸ ਤੋਂ ਉਹ ਮੈਂ ਫਿਲਮ ਦੇ ਗੀਤ, ਅਸੀਂ ਉਹ ਫਿਲਮ ਇੱਥੇ ਧੂਰੀ ਦੇਖਣ ਆਉਂਦੇ ਹੁੰਦੇ ਪਿੰਡੋਂ ਜੀ। ਅੱਛਾ। ਪਿੰਡ ਮੇਰੇ ਨੇੜੇ ਹੀ ਆ ਜੀ। ਅਸੀਂ ਜਾਂਦੇ ਹੋਏ ਸਾਈਕਲ 'ਤੇ ਜਾਂਦੇ, ਸਾਈਕਲ 'ਤੇ ਜਾ ਰਹੇ ਹਾਂ ਅਸੀਂ, ਇੱਕ ਮੁੰਡਾ ਚਲਾਉਂਦਾ ਸੀ, ਮੈਂ ਮੂਹਰੇ ਬੈਠਾ ਸੀ ਜੀ। ਉਹ ਗਾਉਣ ਲੱਗ ਗਿਆ ਮਨ ਡੋਲੇ, ਮੈਂ ਕਿਹਾ ਨਹੀਂ ਐਂ ਨਹੀਂ ਯਾਰ, ਐਂ ਹੈ। ਮੈਂ ਜਦ ਗਾਇਆ ਕਹਿੰਦਾ ਤੂੰ ਤਾਂ ਜਮੀ ਰੇਡੀਓ ਮੰਗਾਉਣਾ। ਹਾਂਜੀ। ਚੱਲ ਮੈਂ ਵੀ, ਤੂੰ ਗਾਉਂਦਾ, ਮੈਨੂੰ ਤਾਂ ਸ਼ੌਕ ਸੀ ਬਹੁਤ ਜ਼ਿਆਦਾ। ਹਾਂਜੀ।
ਚਲ ਉਹ ਫਿਲਮ 'ਤੇ ਨੇ ਮੇਰੇ 'ਤੇ ਬਹੁਤ ਅਸਰ ਕੀਤਾ। ਤੁਸੀਂ ਕਿਵੇਂ ਗਾਉਂਦੇ ਹੁੰਦੇ ਸੀ ਫਿਰ ਉਹਨੂੰ ਸੁਣਾ ਵੀ ਦਿਓ ਜੀ। ਮੈਂ ਉਹ ਫਿਰ ਮੈਂ ਕਿੰਨੀ ਵਾਰੀ ਉਹ ਫਿਲਮ ਦੇਖੀ ਜੀ। ਉਹਦਾ ਇਹ ਬਹੁਤ ਮਸ਼ਹੂਰ ਗੀਤ ਹੋਇਆ, ਮੇਰੇ ਮਨ ਡੋਲੇ ਤਨ ਡੋਲੇ, ਸੁਣਿਆ ਹੋ ਤੁਸੀਂ ਜੀ? ਹਾਂਜੀ ਹਾਂਜੀ। ਮਨ ਡੋਲੇ ਮੇਰਾ ਤਨ ਡੋਲੇ ਮੇਰੇ ਦਿਲ ਕਾ ਗਿਆ ਕਰਾਰ ਰੇ, ਕੌਣ ਬਜਾਏ ਬਾਂਸੁਰੀਆ। ਇਹ ਸੀਗਾ ਉਹ ਜਦੋਂ ਮੈਂ ਐਂ ਗਾਇਆ, ਕਹਿੰਦੇ ਤੁਸੀਂ ਰੇਡੀਓ ਮੰਗਾਉਂਦੇ, ਮੈਨੂੰ ਦੋਸਤ ਵੀ ਕਿਹਾ ਕਰਨ ਯਾਰ ਤੂੰ ਤਾਂ ਜਿਵੇਂ ਜਿਵੇਂ ਰੇਡੀਓ ਗਾਉਂਦਾ ਹੁੰਦਾ ਐਂ ਗਾਉਂਦਾ। ਮੈਂ ਕਿਹਾ ਤਾਂ ਮੈਨੂੰ ਪਤਾ ਨਹੀਂ ਗਾਉਂਦਾ ਮੈਂ ਜ਼ਰੂਰ। ਚੱਲ ਉੱਥੋਂ ਫਿਰ ਉਹ ਪ੍ਰੋਫੈਸ਼ਨ ਦੀ ਉਦੋਂ ਕੋਈ ਗੱਲਬਾਤ ਨਹੀਂ ਸੀ। ਹਾਂਜੀ। ਉਦੋਂ ਸਾਡੇ ਨਾ, ਮੈਂ ਪਿੰਡ ਰਹਿੰਦਾ ਸੀ, ਸਾਡੇ ਬਿਲਕੁਲ ਸਾਹਮਣੇ ਸਰਪੰਚ ਦਾ ਘਰ ਸੀ। ਹਾਂਜੀ। ਉੱਥੇ ਪਿੰਡਾਂ ਨੂੰ ਰੇਡੀਓ ਦਿੱਤੇ ਸੀ ਸਰਕਾਰ ਨੇ, ਉਹਦੇ 'ਤੇ ਕੇਵਲ ਜਲੰਧਰ ਚੱਲਦਾ ਹੁੰਦਾ ਸੀਗਾ। ਹਾਂਜੀ। ਚੰਗੀਆਂ ਗੱਲਾਂ ਨਾਲੇ ਕੰਮ ਦੀਆਂ ਗੱਲਾਂ ਠੁਣੀਆਂ ਰਾਮੜੀ ਹੁੰਦੇ ਸੀ। ਹਾਂਜੀ। ਉਹ ਕੰਮ ਖੇਤੀਬਾੜੀ ਦੇ ਪ੍ਰੋਗਰਾਮ। ਹਾਂਜੀ ਹਾਂਜੀ ਹਾਂਜੀ। ਉਹ ਉਹਦੇ 'ਚ ਉਹ ਗਾਣੇ ਲਾਉਂਦੇ ਸੀ, ਫਿਲਮੀ ਵੀ ਔਰ ਆਪਣੇ ਪੰਜਾਬੀ ਕਲਾਕਾਰਾਂ ਜੀ। ਫਿਲਮੀ ਗੀਤ ਰਫੀ ਹੋਰਾਂ ਦੇ ਚੱਲਣੇ, ਆਸ਼ਾ ਭੋਂਸਲੇ, ਲਤਾ ਮੰਗੇਸ਼ਕਰ, ਮੁਕੇਸ਼, ਤਲਤ ਮਹਿਬੂਬ, ਮੰਨਾ ਡੇ, ਇਹ ਮਸ਼ਹੂਰ ਤੇ ਉਦੋਂ ਇਹਨਾਂ ਦੇ ਗਾਣੇ ਚੱਲਣੇ ਮੇਰੇ ਰੌਂਗਟੇ ਖੜ੍ਹੇ ਹੋ ਜਾਣ। ਅੱਛਾ ਜੀ। ਇੰਨੀ ਅੱਛੀਆਂ ਹੋ ਜਾਂਦੀਆਂ ਆਵਾਜ਼ਾਂ ਮੈਨੂੰ ਲੱਗਦੀਆਂ। ਫਿਰ ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਇਹਨਾਂ ਦੇ ਗਾਣੇ ਲਾਉਂਦੇ ਹੁੰਦੇ ਉਹ, ਅਤੇ ਇਹ ਵੀ ਸੁਣਨੇ ਸੀ। ਹਾਂਜੀ। ਉਦੋਂ ਮੈਨੂੰ ਇਹ ਪਤਾ ਨਹੀਂ ਸੀ ਵੀ ਕੌਣ ਗਾਉਂਦੇ ਨੇ, ਬਸ ਗਾਉਣਗੇ ਜੀ। ਅੱਛਾ। ਇੱਥੇ ਤੱਕ ਮੇਰਾ ਮੈਨੂੰ ਸੀ ਇਹ ਮਤਲਬ ਵੀ ਜੇ ਕਿਤੇ ਗਾਣਾ ਵੱਜਦਾ ਹੁੰਦਾ ਰਫੀਰਾਂ ਦਾ, ਮੈਂ ਉਹ ਖੜ੍ਹ ਕੇ ਸੁਣ ਕੇ ਜਾਂਦਾ, ਚਾਹੇ ਮੇਰਾ ਕੋਈ ਕੰਮ ਹੁੰਦਾ ਹੀ ਨਹੀਂ। ਇੱਥੇ ਤੱਕ ਮੈਨੂੰ ਜੀ ਮੇਰੇ ਅੰਦਰ ਇੱਕ ਚਿਣਗ ਸੀ। ਚਲ ਉੱਥੋਂ ਫਿਰ ਮੈਂ ਚੱਲਦਾ ਰਿਹਾ। ਈਵਨ ਮੈਂ ਮੈਟ੍ਰਿਕ ਤੱਕ ਕਿਸੇ ਨੂੰ ਪਤਾ ਨਹੀਂ ਸੀ, ਮੇਰੇ ਸਟੂਡੈਂਟ ਮੇਰੇ ਜਿਹੜੇ ਕਲਾਸਮੇਟ ਤੇ ਵੀ ਇਹ ਗਾਉਂਦਾ ਵੀ ਹੈ। ਅੱਛਾ ਜੀ। ਜਦੋਂ ਆਫਟਰਵਰਡਸ ਮੈਂ ਗਾਉਣ ਲੱਗਿਆ, ਉਹ ਕਹਿੰਦੇ ਕਮਾਲ ਹੈ, ਇਹ ਤਾਂ ਸਾਡੇ ਨਾਲ ਤਾਂ ਉਦੋਂ ਗਾਉਂਦਾ ਨਹੀਂ ਹੁੰਦਾ ਸੀ। ਹਾਂਜੀ। ਉਹ ਫਿਰ ਇਸ ਤਰ੍ਹਾਂ ਮੇਰਾ ਸ਼ੁਰੂ ਹੋਇਆ। ਅੱਛਾ ਜੀ। ਫਿਰ ਮੈਂ ਥੋੜ੍ਹਾ ਚਿਰ ਬਾਹਰ ਚਲਿਆ ਗਿਆ ਸੀਗਾ, ਕਾਨਪੁਰ ਜੀ। ਉੱਥੇ ਇੱਕ ਮੈਂ ਪ੍ਰਾਈਵੇਟ ਜੋਬ ਕਰਨ ਲੱਗਿਆ ਜੀ। ਉੱਥੇ ਮੈਂ ਮੈਂ ਪੰਜਾਬੀ ਸਾਹਿਤ ਸਭਾ ਦਾ ਸਕੱਤਰ ਸੀ ਉੱਥੇ ਜੀ, ਜਨਰਲ ਸਕੱਤਰ ਨਹੀਂ, ਸਕੱਤਰ ਜੀ। ਉੱਥੇ ਬਹੁਤ ਵੱਡੇ ਵੱਡੇ ਰਾਈਟਰ ਸੀਗੇ। ਹਾਂਜੀ। ਗਗਨ ਪਾਕਿਸਤਾਨੀ, ਕ੍ਰਿਸ਼ਨ ਆਬਿਦ, ਸਰਦਾਰ ਬਲਵੰਤ ਸਿੰਘ ਉਰਦੂ ਰਾਈਟਰ, ਬਹੁਤ ਮਸ਼ਹੂਰ ਰਾਈਟਰ ਤੇ ਉਹ ਜੀ, ਅਤੇ ਰਾਮ ਲਾਲ ਉਰਦੂ ਸਟੋਰੀ ਵਾਲੇ। ਹਾਂਜੀ। ਅਤੇ ਇਹ ਹੁੰਦੇ ਮੇਰੇ ਇਹਨਾਂ ਨਾਲ ਰਾਹ ਦਿਲਾ, ਸਾਹਿਤਸਭਾ ਦੀਆਂ ਮੀਟਿੰਗਾਂ ਹੁੰਦੀਆਂ ਸਾਡੀਆਂ। ਹਾਂਜੀ। ਉੱਥੇ ਹੁੰਦੇ ਹੁੰਦੇ ਉਹ ਸਾਲਾਨਾ ਫੰਕਸ਼ਨ ਕਰਦੇ ਹੁੰਦੇ। ਹਾਂਜੀ। ਕਹਿੰਦੇ ਤੈਂ ਗਾਉਣਾ ਉੱਥੇ। ਅੱਛਾ ਜੀ। ਚੱਲ ਮੈਂ ਉੱਥੇ ਗਾਇਆ। ਮੈਂ ਫਿਰ ਉਹ ਕਹਿੰਦੇ ਯਾਰ ਇੱਕ ਤੁਹਾਡੇ ਧੂਰੀ ਇੱਕ ਮੁੰਡਾ ਗਾਉਂਦਾ ਵੀ ਉਹ ਉਹਨੂੰ। ਮੈਂ ਕਿਹਾ ਹਾਂ ਮੈਂ ਜਾਣਦਾ ਉਹਨੂੰ। ਹਾਂਜੀ। ਕਿਉਂਕਿ ਮੇਰੇ ਤੋਂ ਇਹ ਪਿੱਛੇ ਸੀਗਾ, ਅਸੀਂ ਇੱਥੇ ਖਾਲਸਾ ਸਕੂਲ 'ਚ ਜਦੋਂ ਨਾਟਕ ਕਰਦੇ ਹੁੰਦੇ ਨਾ। ਹਾਂਜੀ। ਛਾਂ ਨਾਟਕ ਕਰਦੇ ਹੁੰਦੇ, ਉਹਦੀ ਫੀਮੇਲ ਵਾਇਸ ਹੁੰਦੀ, ਮੇਰੀ ਮੇਲ ਵਾਇਸ 'ਤੇ ਅਸੀਂ ਬੈਕਗਰਾਊਂਡ ਗਾਉਂਦੇ ਹੁੰਦੇ ਸੀ ਜੀ ਦੋਵੇਂ ਜਾਣੇ। ਕੌਣ ਸੀ ਤੁਹਾਡੇ ਨਾਲ? ਕਰਮਜੀਤ। ਅੱਛਾ, ਕਰਮਜੀਤ ਜੀ। ਹਾਂ। ਉਹਦੀ ਆਵਾਜ਼ ਫੀਮੇਲ 'ਚ ਲੈਂਦੇ ਅਤੇ ਮੇਰੀ ਮੇਲ 'ਚ ਲੈਂਦੇ ਸੀ ਜੀ। ਅਸੀਂ ਉੱਥੇ ਨਾਟਕਾਂ 'ਚ ਗਾਉਂਦੇ ਰਹੇ ਹਾਂ, ਇੱਥੇ ਹੁੰਦੇ ਰਹੇ। ਮੈਂ ਨਾਟਕ ਵੀ ਕੀਤੇ ਨੇ ਜੀ, ਮੇਰੇ ਪਿੰਡ ਵੀ ਹੋਰ ਸਾਰੇ। ਅਤੇ ਉਸ ਤੋਂ ਬਾਅਦ ਫਿਰ
ਉਹ ਕਹਿੰਦੇ ਵੀ ਉਹਨੂੰ ਬੁਲਾ ਲੇਗਾ। ਮੈਂ ਕਿਹਾ ਹਾਂ ਬੁਲਾਉਣ ਨੂੰ ਕੀ ਆ, ਮੇਰਾ ਤਾਂ ਮੈਂ ਕਿਹਾ ਉਹ ਕਲਾਸਮੇਟ ਤਾਂ ਨਹੀਂ ਹੈ, ਮੇਰੇ ਤੋਂ ਪਿੱਛੇ ਸੀ। ਹਾਂਜੀ। ਚੱਲ ਮੈਂ ਇਹਨਾਂ ਨੂੰ ਕਿਹਾ ਕਿ ਰਾਮ ਲਾਲ ਪ੍ਰੇਮੀ ਹੁੰਦੇ ਮੇਰੇ ਪਿੰਡ ਦੇ ਗਜ਼ਲ ਕੋ, ਜਿਹਨਾਂ ਦੀਆਂ ਮੈਂ ਗਜ਼ਲਾਂ ਵੀ ਰਿਕਾਰਡ ਕਰਾਈਆਂ ਹੋਈਆਂ। ਹਾਂਜੀ। ਉਹ ਮੈਂ ਪ੍ਰੇਮੀ ਨੂੰ, ਇਹਨੂੰ ਕਰਮਜੀਤ ਨੂੰ, ਇੱਕ ਪ੍ਰੀਤਮ ਰਸੀਆ ਹੁੰਦਾ ਬਰਨਾਲੇ ਦਾ, ਚੁੰਗੀ ਕਲਰਕ ਸੀ, ਬਹੁਤ ਅੱਛਾ ਗਾਉਂ ਸੀ ਚੁੰਗੀ ਦਾ, ਕਮਾਲ ਦਾ ਗਾਉਂਦਾ ਸੀ ਜੀ। ਉਹ ਇਹ ਮੈਂ ਤਿੰਨ ਚਾਰ ਨੇ ਉੱਥੇ ਬੁਲਾਏ, ਫਿਰ ਉੱਥੇ ਜਿਹੜਾ ਰਾਤ ਨੂੰ ਕਵੀ ਦਰਬਾਰ ਸੀ, ਬਹੁਤ ਸ਼ਾਨਦਾਰ, ਅੱਗੇ ਕਵੀ ਦਰਬਾਰ ਬਹੁਤ ਹੁੰਦੇ ਹੁੰਦੇ, ਪੂਰਾ ਪੰਡਾਲ ਭਰਿਆ ਹੁੰਦਾ, ਉੱਥੇ ਫਿਰ ਮੈਂ ਗਾਇਆ ਸੀ ਜੀ, ਅਤੇ ਉੱਥੇ ਕਰਮਜੀਤ ਨੇ ਵੀ ਗਾਇਆ। ਅਤੇ ਉਹ ਹੁਣ ਸਾਡੀ ਤਾਂ ਗਵਾਇਸ਼ ਜਿਹੜੀ ਸੀ ਨਾ, ਹੁਣ ਪੰਜਾਬੀ ਇੱਧਰਲੀ ਸੀਗੀ, ਉਹ ਉਹਨਾਂ ਦਾ ਹੋਰ ਤਰੀਕੇ ਦਾ ਸੀਗਾ, ਮਤਲਬ ਸਫਿਸਟੀਕੇਟਡ ਜਿਹਾ ਗਾਉਂਦੇ ਸੀ, ਅਸੀਂ ਪੇਂਡੂ ਗਾਉਂਦੇ ਸੀ। ਹਾਂਜੀ। ਉਹਨਾਂ ਨੇ ਸਾਡਾ ਇੰਨਾ ਮਤਲਬ ਉਹ ਨਹੀਂ, ਆਵਾਜ਼ਾਂ ਸਾਡੀਆਂ ਬਿਲਕੁਲ ਠੀਕ ਸੀ ਉਹਨਾਂ ਦੀਆਂ। ਚਲੋ ਉਹ ਨਿਕਲਿਆ ਕੰਮ, ਉਸ ਤੋਂ ਬਾਅਦ ਮੈਂ ਫਿਰ ਪੰਜਾਬ ਆ ਗਿਆ ਜੀ। ਪੰਜਾਬ ਆ ਕੇ ਮੈਂ ਸਭ ਤੋਂ ਪਹਿਲਾਂ ਅਖਾੜਾ ਸੁਣਿਆ ਮੁਹੰਮਦ ਸਦੀਕ ਦਾ। ਹਾਂਜੀ। ਪਹਿਲਾਂ ਮੈਂ ਨਹੀਂ ਜਾਣਦਾ ਸੀ ਕੌਣ ਕੀ ਗਾਉਂਦਾ ਕਿਤੇ। ਹਾਂਜੀ। ਇਹਦਾ ਮੈਂ ਅਖਾੜਾ ਸੁਣਿਆ, ਮੇਰੇ ਸਹੁਰੇ ਲੱਗਿਆ ਸੀਗਾ ਜੀ, ਉੱਥੇ ਮੈਂ ਬਹਿ ਕੇ ਸੁਣਿਆ। ਕਿਹੜੇ ਪਿੰਡ ਸਹੁਰੇ ਤੁਹਾਡੇ ਜੀ? ਮੇਰਾ ਕਹਿੰਦਾ ਅਗਲ ਛੰਨਾ ਨੇੜੇ ਹੈ ਇੱਥੇ। ਅਤੇ ਨਾਲ ਤੁਸੀਂ ਇਹ ਕਿਹਾ ਸੀਗਾ ਪਿੰਡ ਦਾ ਜ਼ਿਕਰ ਕਰਨਾ ਭੁੱਲ ਗਏ ਜੀ, ਤੁਸੀਂ ਕਹਿ ਰਹੇ ਸੀ ਨਾ ਵੀ ਅਸੀਂ ਪਿੰਡ ਤੋਂ ਧੁਰੀ ਆਉਂਦੇ ਸੀ, ਤੁਹਾਡਾ ਪਿੰਡ ਕਿਹੜਾ ਜੀ? ਮੇਰਾ ਪਿੰਡ ਜਖਲਾ ਜੀ। ਪਹਿਲਾਂ ਜੱਖੋਵਾਲ ਕਹਿੰਦੇ ਅਤੇ ਹੁਣ ਜਖਲਾ ਕਹਿੰਦੇ ਜੀ। ਇੱਥੋਂ 8 ਕਿਲੋਮੀਟਰ ਹੈ ਜੀ ਜੀ, ਕੋਲਫਿਲੀ ਸਟੇਸ਼ਨ ਦੇ ਨਾਲ ਜੀ। ਅਤੇ ਉੱਥੋਂ ਅਸੀਂ ਆਉਂਦੇ ਤੇ ਇੱਥੇ ਤੁਰਕੀ ਆਉਂਦੇ ਪੜ੍ਹਨ। ਚਲੋ ਉਹ ਮੈਂ ਖਾੜਾ ਸੁਣਿਆ, ਮੈਂ ਕਿਹਾ ਇਹ ਤਾਂ ਯਾਰ ਇਹੋ ਜਿਹਾ ਤਾਂ ਮੈਂ ਵੀ ਗਾ ਸਕਦਾ, ਮੈਂ ਕਿਹਾ ਹਾਂਜੀ ਮੇਰੇ ਮਨ 'ਚ ਇਹ ਗੱਲ ਉੱਠੀ ਮੈਂ ਗਾ ਸਕਦਾ। ਚਲ ਉਹ ਖਾੜਾ ਸੁਣ ਕੇ ਫਿਰ ਮੈਂ ਇੱਕ ਬਾਗੜੀ ਹੈ ਪੁਰਾਣਾ ਬਾਗੜੀ ਹੈ, ਇਹ ਤੋਂ ਕਤਲ ਹੋ ਗਿਆ ਸੀਗਾ ਚਾਂਦੀ ਰਾਮ ਤੋਂ। ਅੱਛਾ ਜੀ। ਇਹ ਜਦੋਂ ਫਿਰ ਵਰੀ ਹੋਇਆ ਨੇ ਸਾਰੇ ਆਰਟਿਸਟ ਬੁਲਾ ਕੇ ਨਾ, ਉੱਥੇ ਅਸ਼ੋਕ ਬਾਗੜੀ ਵਾਲਾ ਹੁੰਦਾ ਸੀਗਾ, ਬਾਗੜੀ ਖਾੜਾ ਲਾਇਆ ਇਹਨਾਂ ਨੇ, ਬੀਬਾ ਵੀ ਸੀ ਜੇ ਸਦੀਕ ਸੀਗਾ ਅਤੇ ਇਹ ਆਪਣਾ ਚਾਂਦੀ ਰਾਮ, ਹੋਰ ਸ਼ਾਇਦ ਯਮਲਾ ਜੀ ਵੀ ਸੀ, ਕਈ ਖਾਸੇ ਆਰਟਿਸਟ ਸੀ। ਇਹ ਮੈਂ ਸਾਰੇ ਸੁਣੇ ਜੀ। ਸੁਣ ਕੇ ਫਿਰ ਮੈਨੂੰ ਲੱਗਿਆ, ਮੈਂ ਕਿਹਾ ਮੈਂ ਗਾ ਸਕਦਾ। ਚੱਲ ਮੈਂ ਤਾਂ ਉਹ ਸੁਣ ਸੁਣਾ ਕੇ ਆ ਕੇ ਮੈਂ ਤਾਂ ਜੀ ਤੁੰਬੀ ਲਿਆਇਆ, ਤੁੰਬੀ ਇੱਕ ਦੋਸਤ ਸੀ ਮੇਰਾ ਉੱਥੇ, ਉਹਨੇ ਮੈਨੂੰ ਦੇ ਤੀ, ਕਹਿੰਦਾ ਲੈ ਯਾਰ ਜੀ। ਅਤੇ ਮੈਂ ਰਿਹਰਸਲ ਸ਼ੁਰੂ ਕਰਤੀ ਘਰੇ ਹੀ ਆਪਦੇ, ਹਾਰਮੋਨੀਅਮ ਮੈਂ ਗੁਰਦੁਆਰਾ ਸਾਹਿਬ ਤੋਂ ਲਿਆਉਂਦਾ ਜੀ ਜੀ। ਮੈਂ ਅੰਦਰ ਬੈਠਾ, ਸਭਾਤਾਂ ਹੁੰਦੀਆਂ ਪਹਿਲਾਂ ਲੰਬੀਆਂ ਪਿੱਛੇ, ਹਾਂਜੀ ਹਾਂਜੀ, ਤੂੜੀ ਤੜੀ ਪਾਈ ਹੁੰਦੀ ਉੱਥੇ, ਮੈਂ ਤਾਂ ਪਾਈ ਦੋ ਕਈ ਕਈ ਘੰਟੇ ਲੱਗਿਆ ਰਿਹਾ ਕਰਾਂ। ਅਤੇ ਚੱਲ ਉੱਥੋਂ ਫਿਰ ਮੈਨੂੰ ਇੱਥੋਂ ਚੱਲਦਾ ਚੱਲਦਾ ਫਿਰ ਮੈਂ ਮਾੜਾ ਮਾੜਾ ਜਿਹੜੀਆਂ ਆਮ ਸਟੇਜਾਂ ਹੁੰਦੀਆਂ ਨੇ, ਜਿਵੇਂ ਕੋਈ ਕਿਤੇ ਕਿਤੇ ਇਕੱਠ ਹੈ ਮਾੜਾ ਮੋਟਾ ਜਿਹਾ, ਹਾਂਜੀ, ਉੱਥੇ ਮੈਨੂੰ ਖੜਾ ਕਰ ਦਿੰਦੇ, ਕਹਿੰਦੇ ਇਹਨੇ ਚੱਲ ਵੀ ਗਾ ਵਾ ਜੀ। ਅੱਛਾ ਜੀ। ਮੈਂ ਉੱਥੇ ਕਹਿੰਦਾ ਗੀਤ ਗਾ ਦੇਣਾ ਕੋਈ। ਅਤੇ ਫਿਰ ਪਹਿਲਾਂ ਤਬਾਹ ਕਦੋਂ ਕਰਾਉਣੀ ਸੀਗਾ? ਪਹਿਲਾਂ ਤਬਾਹ ਤਾਂ ਮੇਰਾ 1972 'ਚ ਹੈ। ਅੱਛਾ ਜੀ। ਹਾਂ 70 'ਚ ਹੋਇਆ ਸੀਗਾ, ਮੈਂ 66 'ਚ ਮੈਂ ਸਭ ਤੋਂ ਪਹਿਲਾਂ ਪ੍ਰੋਗਰਾਮ ਬੁੱਕ ਕੀਤਾ ਸੀ ਆਪਣਾ 1966 'ਚ। ਅੱਛਾ ਜੀ। ਅਤੇ ਉਹ ਵੀ ਇਕੱਠ ਹੁੰਦਾ ਸੀ ਇੱਥੇ, 12 ਸਾਲ ਬਾਅਦ ਪਿੰਡ ਉੱਜੜਦਾ ਹੁੰਦਾ, ਉਹ ਭੱਜਣਾ ਕਹਿੰਦੇ ਉਹਨੂੰ, ਬਹੁਤ ਵੱਡਾ ਇਕੱਠ ਹੁੰਦਾ ਸੀ, ਸਾਰੇ ਰਿਸ਼ਤੇਦਾਰ ਆਏ ਹੁੰਦੇ, ਨਿਰੇ ਇਕੱਠ ਹੁੰਦਾ ਉਹ ਮੇਲਾ ਬਹੁਤ ਵੱਡਾ। ਉੱਥੇ ਮੈਂ ਅਖਾੜਾ ਬੁੱਕ ਕਰ ਲਿਆ ਸੀ, ਉੱਥੇ ਗਾਇਆ ਸੀ ਮੈਂ ਸਭ ਤੋਂ ਪਹਿਲਾਂ। ਕਿੰਨੇ 'ਚ ਕਰਿਆ ਸੀਗੇ, ਕਿੰਨੇ ਪੈਸੇ ਮਿਲੇ ਸੀ ਉਹ ਅਖਾੜੇ ਦੇ? ਫਰੀ ਆਫ ਕੋਸਟ। ਅੱਛਾ ਜੀ। ਪਹਿਲਾ ਅਖਾੜਾ। ਵਾਹ ਜੀ ਵਾਹ।
ਉਹ ਇਸ ਤਰ੍ਹਾਂ ਸੀ ਨਾ, ਮੇਰੇ ਤਾਂ ਦੋਸਤ ਤੇ ਸਾਰੇ ਉਹ ਮੇਰੇ ਨਾਲ ਪੜ੍ਹਨ ਪੁੜਨ ਵਾਲੇ ਕੁਛ, ਮੈਂ ਤਾਂ ਸੀਨੀਅਰ ਤੇ, ਹਾਂਜੀ ਉਹ ਮੈਨੂੰ ਉਹਨਾਂ ਨੇ ਮੈਨੂੰ ਕਿਹਾ ਜਦ ਮੈਂ ਗਾਉਣ ਤਾਂ ਮਾੜਾ ਮਾੜਾ ਲੱਗ ਗਿਆ ਸੀ ਨਾ ਸਟੇਜਾਂ 'ਤੇ, ਆਮ ਜਿਹਾ ਤੋਂ, ਹਾਂਜੀ ਉਹ ਮੈਨੂੰ ਕਹੇ ਤੂੰ ਵੀ ਖਾੜਾ ਲਾ ਲਏਗਾ, ਮੈਂ ਕਿਹਾ ਲਾ ਲੂੰਗਾ ਯਾਰ, ਗੱਲ ਕੀ ਹੈ ਮੇਰੀ ਸੈਟਿੰਗ ਹੈਗੀ ਤੀ ਲੁਧਿਆਣੇ ਕਰੀ, ਮੈਂ ਜਾਂਦਾ ਰਹਿੰਦਾ ਉੱਥੇ ਕੋਲ, ਕਹਿੰਦੇ ਫਿਰ ਆਪਣੇ ਐਂ ਕਰਕੇ, ਮੈਂ ਲਾ ਦੂੰਗੇ ਚਲੋ, ਮੈਂ ਉੱਥੋਂ ਭਾਈ ਆਰਟਿਸਟ ਨਾਲ ਮੇਰੀ ਸੈਟਿੰਗ ਹੈਗੀ ਸੀ, ਉਹਨਾਂ ਨੇ ਮੈਨੂੰ ਡੇਟ ਦੇ ਦਿੱਤੀ, ਡੇਟ ਦੇ ਕੇ ਮੈਂ ਰਿਹਰਸਲਾਂ ਸ਼ੁਰੂ ਕਰਤੀਆਂ ਉਹਨਾਂ ਨਾਲ ਜਾ ਕੇ, ਰਿਹਰਸਲ ਕਰਕੇ ਪੂਰਾ ਐਨ ਕਰਤਾ ਕੰਮ, ਨਾਲ ਇੱਕ ਕਮੇਡੀਅਨ ਸੀ ਅਤੇ ਇੱਕ ਤੁਹਾਨੂੰ ਹੋਰ ਉਸੇ ਦਿਨ ਦੀ ਘਟਨਾ ਦੱਸਦਾ, ਉਹਦੇ ਇੰਟਰਵਿਊ ਵੀ ਗਿਆ ਹੈ, ਹਾਂਜੀ ਮੈਂ ਇੱਥੇ ਟੈਕਸੀ ਟੂਕਸੀ ਉਹਦੇ ਕੋਲ ਹੁੰਦੀ ਨਹੀਂ ਸੀ, ਦੋ ਸੀ ਆ ਉਹ ਵੀ ਪ੍ਰਾਈਵੇਟ ਗੱਡੀਆਂ 'ਚ, ਉਹਨੂੰ ਖੜਾ ਦਿੰਦੇ ਤੇ ਅੱਡੇ 'ਤੇ ਵੀ ਕੋਈ ਸਵਾਰੀ ਆ ਜਾਂਦਾ ਲੈ ਜਾਓ, ਹਾਂਜੀ ਚੱਲ ਉਹ ਮੈਂ ਗੱਡੀਆਂ ਦੋ ਸੀਆਂ ਇੱਕ ਕਰ ਲਈ ਮੈਂ, ਉਹ ਮੇਰਾ ਦੋਸਤ ਸੀ ਜਿਹਦੀ ਗੱਡੀ ਸੀ ਜੀ, ਅੱਛਾ ਜਦੋਂ ਮੈਂ ਉਹ ਆਰਟਿਸਟਾਂ ਨੂੰ ਲੁਧਿਆਣੇ ਲੈ ਕੇ ਆਇਆ ਉਹਦੇ 'ਤੇ ਗੱਡੀ 'ਤੇ ਰੇਲ ਗੱਡੀ 'ਤੇ, ਹਾਂਜੀ ਇੱਥੇ ਉਤਰੇ, ਮੈਂ ਹਾਲੇ ਮੈਂ ਗੱਡੀ ਲੈ ਕੇ ਆਉਂਦਾ, ਮੈਂ ਉੱਥੇ ਗੱਡੀ ਨਾ, ਮੈਂ ਕਿਹਾ ਯਾਰ ਪਹਿਲੀ ਚੋਰੀ ਪਹਿਲਾਂ ਹੀ ਪਾ, ਇਹਦਾ ਪੰਗਾ ਹੀ ਖੜਾ ਹੋ ਗਿਆ, ਹਾਂਜੀ ਚਲੋ ਸਹਿ ਗਾਇਕਾ ਕਿਹੜੀ ਸੀ ਨਾਲ ਜੀ, ਹੈ ਨਾਲ ਤੁਹਾਡੇ ਗਾਇਕਾ ਕਿਹੜੀ ਸੀ, ਕੁਲਵੰਤ ਕੌਰ, ਅੱਛਾ ਅਤੇ ਉਹ ਤਾਂ ਅਜੇ ਸਟੇਸ਼ਨ 'ਤੇ ਹੀ ਬੈਠੇ ਨਾ, ਉਹ ਨਾਲ ਹੀ ਸਟੇਸ਼ਨ ਦੇ ਉੱਤੇ ਇੱਕ ਟੈਕਸੀ ਸਟੈਂਡ ਸੀ, ਮੈਂ ਉੱਥੇ ਆਇਆ, ਮੈਂ ਕਿਹਾ ਵੀ ਗੱਡੀ ਤਾਂ ਹੈ ਨਹੀਂ, ਮੈਂ ਘਬਰਾ ਗਿਆ, ਚਲ ਇਹਨੇ ਮੈਂ ਉੱਥੇ ਬੈਠਾ ਹੀ ਹਾਂ, ਇੱਕ ਸਾਡੇ ਕਲਾਕਾਰਾਂ ਦਾ ਬਹੁਤ ਪ੍ਰਸ਼ੰਸਕ ਹੁੰਦਾ ਸੀਗਾ ਸਰਦਾਰ, ਉਹਦਾ ਨਾਮ ਸੀ ਜੋਗਿੰਦਰ ਸਿੰਘ, ਜੋਈ ਉਹ ਮੈਨੂੰ ਕਹਿੰਦੇ, ਉਹ ਕਹਿੰਦੇ ਨਿਰਮਾਣ ਕਿਵੇਂ ਬੈਠਿਆ ਉਹਦੇ, ਮੈਂ ਕਿਹਾ ਜੀ ਆਹ ਪ੍ਰੋਬਲਮ ਹੈ ਬੈਠਾ ਮੈਂ ਤਾਂ, ਕਹਿੰਦਾ ਖੜਜਾ ਇੱਥੇ, ਕਹਿੰਦਾ ਮੈਂ ਟਰੈਕਟਰ ਲੈ ਕੇ ਆਉਣਾ, ਅੱਛਾ ਜੀ ਉਹ ਭਾਈ ਉਹ ਲਾਂਸ ਟਰੈਕਟਰ ਹੁੰਦਾ ਉਹਦੇ ਕੋਲ, ਪਹੀਆ ਚੱਲਦਾ ਹੁੰਦਾ ਜਿਹਦੇ 'ਤੇ, ਅੱਛਾ ਜੀ ਚੱਲਦੇ ਨੇ ਤਾਂ ਪੁਰਾਣਾ ਲਾਂਸ ਹੁੰਦਾ, ਹਾਂਜੀ ਉਹ ਚੱਲ ਉਹ ਲਿਆਇਆ ਭਾਈ ਉਹਦੇ 'ਤੇ, ਲਾਰਸ ਬਾਈ ਲਾਰਸ ਕਹਿੰਦੇ ਨੇ, ਬਾਈ ਲਾਰਸ ਨਹੀਂ ਲਾਂਸ ਟਰੈਕਟਰ ਹੁੰਦਾ, ਅੱਛਾ ਜੀ ਅਤੇ ਉਹ ਅਸੀਂ ਭਾਈ ਚਾਰ ਜਾਣੇ ਤਾਂ ਉਹਦੇ ਉੱਤੇ ਟਰੈਕਟਰ 'ਤੇ ਬਹਿ ਗਏ, ਉਹ ਦੋ ਕੁ ਜਾਣੇ ਜਿਹੜੀ ਮਗਰ ਲਿਫਟ ਜਿਹਦੀ ਉਹ 'ਤੇ ਖੜ੍ਹ ਗਏ, ਖੜ੍ਹ ਗਏ ਉਦੋਂ ਪੰਜ ਛੇ ਜਾਣੇ ਹੁੰਦੇ ਤੇ ਅਸੀਂ, ਹਾਂਜੀ ਚੱਲ ਅਸੀਂ ਭਾਈ ਉੱਥੇ ਖੜ੍ਹੇ ਵਾਲੀ ਜਗ੍ਹਾ ਜਾ ਪਹੁੰਚੇ, ਇਕੱਠ ਇੰਨਾ ਅਤੇ ਇਕੱਠ ਜਾ ਦੇਖਿਆ ਉੱਥੇ ਜਾ ਕੇ, ਮੈਂ ਕਿਹਾ ਮਗਰ ਮਨਾ ਕਾਹਨੂੰ ਪੰਗਾ ਲੈਣਾ ਚਾਹੀਦਾ, ਜੇ ਤੂੰ ਸੁਣਿਆ ਨਾ ਗਾ ਖੜ੍ਹਾ, ਹਾਂਜੀ ਚਲੋ ਮੈਂ ਕਿਹਾ ਚਲੋ ਜੋ ਹੋਊਗਾ ਦੇਖਿਆ ਜਾਏਗਾ, ਹੁਣ ਕਾਹਦੀ ਗੱਲ ਹੈ, ਚੱਲ ਜਦੋਂ ਅਸੀਂ ਉਹ ਉਹਨਾਂ ਨੇ ਇੱਕ ਟੈਂਟ ਜਿਹਾ ਲਾ ਕੇ ਆਰਟਿਸਟਾਂ ਵਾਸਤੇ ਜਗ੍ਹਾ ਬਣਾਈ, ਅੱਛਾ ਜੀ ਖਾਂਡੇ ਦੇ ਨਾਲ, ਹਾਂਜੀ ਉੱਥੇ ਗਏ, ਉੱਥੇ ਇੱਕ ਬੰਦਾ ਉਹਦੇ ਚਿੱਟਾ ਚਾਦਰਾ ਚਿੱਟਾ ਕੁੜਤਾ ਕਾਲੀ ਜਾਕਟ ਐਡਾ ਸ਼ੌਂਕਦਾ, ਅੱਛਾ ਜੀ ਤੂੰ ਵੀ ਹੱਥ 'ਚ, ਮੈਂ ਕਹਿੰਦਾ ਵੀ ਇਹ ਮੰਨ ਜੂਗਾ ਇਹ ਤਾਂ ਕੰਮ ਕਰਾ, ਬੜਾ ਕੰਮ ਖਰਾਬ ਹੋਇਆ ਪਹਿਲੇ ਗਾਣੇ ਦੀ ਉਸਤਾਦ ਆ ਗਏ, ਉਹ ਮੈਂ ਕਿਹਾ ਯਾਰ ਇਹਦਾ ਕੰਮ ਹੀ ਖਰਾਬ ਹੋ ਗਿਆ, ਹਾਂਜੀ ਉਹ ਚੱਲ ਮੈਂ ਕਿਹਾ ਮੈਂ ਉਹਨੂੰ ਜਾਣਦਾ ਨਹੀਂ ਦਿਖਾਉਣ, ਜਦੋਂ ਮੈਨੂੰ ਕਹਿੰਦੇ ਜਦੋਂ ਮੈਂ ਤਿਆਰ ਤੁਰੇ ਸੀ ਕੱਪੜੇ ਪਾ ਲਏ, ਹਾਂਜੀ ਮੈਂ ਉਦੋਂ ਕੁੜਤਾ ਚਾਦਰਾ ਨਹੀਂ ਲਾਉਂਦਾ ਸੀ, ਹਾਂਜੀ ਅਤੇ ਮੈਂ ਸਾਦੇ ਕੱਪੜਿਆਂ 'ਚ ਸੀ ਆਪਦੇ, ਕੁੜਤਾ ਪਜਾਮਾ ਹੀ ਪਾਇਆ ਸੀ ਮੇਰੇ ਜੀ, ਪੱਗ ਵੀ ਦੂਜੀ ਮੇਰੀ ਬੰਨੀ ਹੋਈ ਸੀ, ਹਾਂਜੀ ਦਾੜੀ ਵੀ ਨਹੀਂ ਮੇਰੀ ਕੱਟੀ ਹੋਈ ਸੀ, ਅੱਛਾ ਜੀ ਅਤੇ ਉਹ ਚੱਲ ਭਾਈ ਜਦੋਂ ਮੈਨੂੰ ਕਹਿੰਦੇ ਚਲੋ ਜੀ ਆਓ ਫਿਰ, ਮੈਂ ਕਿਹਾ ਯਾਰ ਪਹਿਲਾਂ ਇਹਨੂੰ ਲਾ ਦੂੰ, ਹਾਂਜੀ ਜਦੋਂ ਨੇ ਭਾਈ ਗਿਆ ਉਹਦਾ ਨਾਂ ਅਨਾਊਂਸ ਕੀਤਾ ਅਤੇ ਉਹ ਮਾਸਟਰ ਸੀ ਉਹ, ਪਰ ਉਹਨੇ ਕੋਸ਼ਿਸ਼ ਕਰ ਰਿਹਾ ਸੀ ਹੁਣ ਜੀ, ਜਦੋਂ ਇਹਨੇ ਅਲਾਪ ਲਾਇਆ ਬੇਸੁਰਾ ਅਲਾਪ, ਮੈਂ ਕਿਹਾ ਇਹਨੂੰ ਨਹੀਂ ਮੈਂ ਤਾਂ ਇਹਨੂੰ ਤਾਂ ਆਉਂਦਾ ਹੀ ਨਹੀਂ ਗਾਉਣਾ, ਫਿਰ ਮਨ ਜਾ ਖੜ੍ਹਾ ਜੀ ਮਨ, ਮੈਂ ਕਿਹਾ ਤੂੰ ਕੁਛ ਨਹੀਂ ਇਹ ਨਹੀਂ ਕਰ ਸਕਦਾ, ਮੈਨੂੰ ਤਾਂ ਐਂ ਤੀ ਕੋਈ ਮੈਂ ਤੂੰ ਵੀ ਤਾਂ ਵੀ ਵਜਾ ਕੇ ਸੁਰੀਲਾ ਗਾਇਕ ਹੋ, ਹਾਂਜੀ ਨਾ ਚਲ ਉਹਨੇ ਗੀਤ ਜਾ ਗਾਇਆ
ਫਿਰ ਮੈਨੂੰ ਕਹਿੰਦੇ ਆ ਜਾਓ ਜੀ ਆ ਕੇ। ਮੈਂ ਫਿਰ ਜਦੋਂ ਪਹਿਲੇ ਗੀਤ ਸੋਲੋ ਗਾਇਆ ਤੇਰੇ ਕਦ ਨਾਲੋਂ ਟੱਪਿਆ ਕਮਾਦ ਜੱਟੀਏ, ਹਰਨੇਕ ਸੋਹੀ ਦਾ ਗੀਤ ਸੀ, ਸਾਰੀਆਂ ਫਸਲਾਂ ਦਾ ਜ਼ਿਕਰ ਹੈ ਜੀ, ਲੋਕ ਹੈ ਸੁਸਰੀ ਵਾਂਗ ਥੋੜ੍ਹਾ ਸੁਣਾ ਦਿਓ ਜੀ। ਤੇਰੇ ਕਦ ਨਾਲੋਂ ਟੱਪਿਆ ਕਮਾਦ ਜੱਟੀਏ ਨੀ, ਤੇਰੇ ਕਦ ਨਾਲੋਂ ਟੱਪਿਆ ਕਮਾਦ ਜੱਟੀਏ, ਆਵੇ ਅੱਖੀਆਂ ਨੂੰ ਵੇਖ ਵੇਖ ਸਵਾਦ ਜੱਟੀਏ, ਤੇਰੇ ਕੱਦ ਨਾਲੋਂ ਟੱਪਿਆ ਕਮਾਦ ਜੱਟੀਏ ਨੀ, ਤੇਰੇ ਕੱਦ ਨਾਲੋਂ ਟੱਪਿਆ ਕਮਾਦ ਜੱਟੀਏ। ਇਹ ਸੀ ਉਹਦੇ ਸਾਰੀਆਂ ਫਸਲਾਂ ਦਾ ਜ਼ਿਕਰ ਪੂਰੀ ਹੇਕ ਲੱਗ ਜਾ ਮੈਂ ਗਾਇਆ ਭਾਈ, ਲੋਕ ਬਿਲਕੁਲ ਨਹੀਂ ਬੋਲਿਆ ਕੋਈ। ਜਦੋਂ ਮੈਂ ਹਟਿਆ ਦੇਹ ਤਾੜੀ ਦੇ ਤਾੜੀ ਸਾਰਾ ਪੰਡਾਲ ਗੂੰਜ ਗਿਆ, ਬਹੁਤ ਵੱਡਾ ਇਕੱਠ ਸੀ ਫਿਰ। ਚੱਲ ਮੈਂ ਫਿਰ ਹੌਸਲਾ ਕਰ ਗਿਆ, ਹੌਸਲਾ ਹੋ ਗਿਆ, ਮੈਂ ਕਿਹਾ ਠੀਕ ਹੈ। ਚੱਲ ਫਿਰ ਡਿਊਟ ਮੇਰੇ ਨਾਲ ਸੈੱਟ 'ਤੇ ਅਸੀਂ ਧਰੀਏ ਇੱਕ ਛੱਡੀਏ, ਇੱਕ ਧਰੀਏ ਇੱਕ ਛੱਡੀਏ, ਸ਼ੱਕਤਾ ਕੰਮ। ਫਿਰ ਉਹ ਇੱਕ ਕਮੇਡੀਅਨ ਸੀ ਸਾਡੇ ਨਾਲ, ਉਹਦਾ ਨਾਂ ਸੀ ਸ਼ਰਮੀਲਾ ਕਮਨੀ, ਕੀ ਸੀ ਕਮਨੀ ਰੰਗੀਲਾ ਸ਼ਰਮੀਲਾ ਇਹਦਾ ਨਾਂ ਸੀ, ਮੇਰੇ ਹੁਣ ਨਾਂ ਭੁੱਲ ਗਿਆ। ਹਾਂਜੀ, ਉਹਨੇ ਬੜੇ ਹਸਾਏ ਲੋਕ, ਉਹ ਜਦੋਂ ਅਸੀਂ ਹਟਿਆ ਕਰੀ ਉਹ ਹਸਾਉਣ ਲੱਗ ਰਹੇ, ਮਤਲਬ ਗੱਲ ਮੁਕਾਓ ਵੀ 3 ਘੰਟੇ ਖਾਲਾ ਐਸਾ ਸ਼ਾਨਦਾਰ ਵਸਿਆ, ਵਾਹ ਆਨੰਦ ਆ ਗਿਆ। ਪਹਿਲਾਂ ਤਵਾ ਕਿਹੜਾ ਸੀ ਤੁਹਾਡਾ ਜੀ? ਪਹਿਲਾਂ ਰਿਕਾਰਡ ਜਿਹੜਾ ਮੇਰਾ ਆਇਆ, ਹਾਂਜੀ, ਉਹ ਸੀਗਾ ਭੱਠੀ 'ਤੇ ਖੜ ਕੇ ਦਾਣੇ ਮੈਂ ਬਣਾਉਣੀ ਆ ਤੇਰੀਆਂ ਖਿੱਲਾਂ 'ਤੇ, ਮੇਰੇ ਰੋਲ ਮੁੰਡਿਆ ਪੇਕੇ ਛੱਡ ਗਿਆ ਮੇਰੇ ਨਾਲ, ਇਹ ਨਰਿੰਦਰ ਵੀ ਬਾਜੀ ਨਾਲ ਮੇਰਾ ਪਹਿਲੇ ਰਿਕਾਰਡ ਸੀ। ਵਾਹ ਜੀ ਵਾਹ। ਅਤੇ ਇਸੇ ਨੇ ਮੈਂ ਰਤੂਰਾ ਸਟਾਰ ਬਣਾਇਆ ਸੀ ਨਾ ਇਸ ਗੀਤ ਨੇ, ਜਦੋਂ ਆਇਆ ਇਹ ਧੁੰਮਾਂ ਪੈ ਗਈਆਂ ਵੀ ਆਹ ਗਾਉਣਾ ਮੁੰਡਾ, ਆਹ ਗਾਉਣਾ ਮੁੰਡਾ, ਇਹ ਗਾਉਣਾ। ਚਲੋ ਉਹਦੇ ਨਾਲ ਮੇਰਾ ਨਾਂ ਬਣਿਆ। ਕਿੰਨੇ ਤਵੇ ਆਏ, ਕਿੰਨਾ ਕਿੰਨਾ ਨਾਲ ਸੀ ਜਿਵੇਂ ਨਰਿੰਦਰ ਬੀਬਾ ਜੀ ਨਾਲ ਸੀਗਾ ਜੀ? ਬੀਬਾ ਜੀ ਨਾਲ ਤਾਂ ਮੇਰੇ ਆਏ ਨੇ 4 ਗੀਤ। ਚਾਰ ਗੀਤ? ਹਾਂ, ਇੱਕ ਤਾਂ ਇਹ ਸੀ, ਇੱਕ ਸੀਗਾ ਮੇਰੀ ਛੋਲਿਆਂ ਦੀ ਦਾਲ ਕਰਾਰੀ ਭਾਈ ਜੀ ਦੇ ਮੂੰਹ ਲੱਗੀ, ਇੱਕ ਸੀਗਾ ਘੁੰਡ ਚੱਕੀ ਨਾ ਗੱਭਰੂਆ ਸਾਰਾ ਚੰਨ ਲੁੱਕ ਜੂ ਸ਼ਰਮਿੰਦਾ ਮਾਰ, ਇੱਕ ਸੀਗਾ ਖੱਟੀ ਮਿਹਨਤ ਦੀ ਤੰਗਲੀ ਨਾਲ ਉੜਾਵੇਂ। ਇਹ ਗੀਤ ਮੇਰੇ ਬੀਬਾ ਜੀ ਨਾਲ ਆਏ, ਬਹੁਤ ਚੱਲੇ ਸੀ ਗੀਤ ਜੀ। ਉਸ ਤੋਂ ਬਾਅਦ ਹੋਰ ਆਰਟਿਸਟਾਂ ਨਾਲ, ਹੋਰ ਗੀਤਕਾਰਾਂ ਨਾਲ ਬਥੇਰਾ ਚੱਲਦਾ ਰਿਹਾ ਕੰਮ। ਕਿੰਨਾ ਕਿੰਨਾ ਨਾਲ ਕੋਈ ਯਾਦ ਆਉਣਾ ਤੁਹਾਡੇ? ਹੈਂ, ਕਿੰਨਾ ਕਿੰਨਾ ਦੇ ਨਾਲ ਆਏ ਤੁਹਾਡੇ ਕੋਈ ਯਾਦ ਹੋਊਗਾ ਸਹਿ ਕਲਾਕਾਰਾਂ ਜੀ? ਰਿਕਾਰਡ ਕੇ ਹਰ ਰਿਕਾਰਡ ਜੀ, ਰਿਕਾਰਡ ਮੇਰੇ ਕੁਮਾਰੀ ਰਾਜ ਨਾਲ, ਜਸਵੰਤ ਕੌਰ ਨਾਲ ਜੀ ਲੁਧਿਆਣੇ ਦੀ ਹੈ ਉਹਦੇ ਨਾਲ, ਅਤੇ ਆਪਣੇ ਇੱਕ ਕੁਮਾਰ ਸ਼ਹਿਜ਼ਾਦੀ ਸੁਖਬੀਰ ਉਹਦੇ ਨਾਲ ਮੇਰੀ ਟੇਪ ਆਈ ਪੂਰੀ ਦੀ ਪੂਰੀ। ਇੱਕ ਹੁੰਦੇ ਸੀ ਆਪਣਾ ਜਸਵੰਤ ਕੌਰ ਆ ਗਿਆ, ਕੁਮਾਰੀ ਲਾਜ ਆ ਗਈ, ਬੀਬਾ ਜੀ ਨਰਿੰਦਰ ਬੀਬਾ ਜੀ ਹੋ ਗਏ, ਅਤੇ ਸੁਰਿੰਦਰ ਸੋਨੀਆ ਨਾਲ ਉਹਦੇ ਨਾਲ ਮੇਰਾ ਰਿਕਾਰਡ ਆਇਆ। ਹਾਂਜੀ, ਅਤੇ ਬਾਕੀ ਤਾਂ ਨਹੀਂ ਹੋਣਾ। ਸੁਰਿੰਦਰ ਸੋਨੀਆ ਨਾਲ ਕਿਹੜਾ ਸੀ? ਸੁਣਿਆ ਸੀ ਥਾਂ ਥਾਂ ਲਲਕਾਰੇ ਵੱਜਦੇ ਵੇ, ਅਵਤਾਰ ਗਿੱਲ ਹੈ ਕੋਈ ਇੱਧਰ ਦਾ ਉਹਦਾ ਗੀਤ ਸੀ ਜੀ, ਉਹ ਉਹਨਾਂ ਨਾਲ ਸੀ ਉਹ ਸੁਣਿਆ ਨਾਲ। ਅਤੇ ਵੱਖੋ ਵੱਖਰ ਗਾਇਕਾਵਾਂ ਨਾਲ ਤੁਹਾਡੇ ਗੀਤ ਆਏ ਨੇ ਗੀਤ, ਅਤੇ ਤੁਸੀਂ ਸਟੇਜ ਵੀ ਵੱਖੋ ਵੱਖ ਲਾਉਂਦੇ ਸੀ, ਹੈ ਨਾ ਜੀ? ਬਿਲਕੁਲ। ਅਤੇ ਫਿਰ ਤੁਸੀਂ ਪੱਕਾ ਸੈੱਟ ਕਿਉਂ ਨਹੀਂ ਬਣਾਇਆ ਜੀ? ਪੱਕਾ ਸੈੱਟ ਸਾਧ ਤਾਂ ਨਹੀਂ ਬਣਦਾ ਸੀਗਾ, ਕਿਉਂਕਿ ਅਸੀਂ ਧੂਰੀ ਰਹਿੰਦੇ ਤੇ। ਹਾਂਜੀ, ਅਤੇ ਅਸੀਂ ਧੂਰੀ ਦੇ ਕਲਾਕਾਰਾਂ ਨੂੰ, ਅਸੀਂ 2 ਜਣੇ ਹੁੰਦੇ ਹਾਂ ਉੱਥੇ, ਅਤੇ ਉਹ ਸਾਨੂੰ ਇਹੀ ਪ੍ਰੋਬਲਮ ਹੁੰਦੀ ਵੀ ਅਸੀਂ ਤਿਆਰ ਤੁਰ ਕਰ ਲੈਂਦੇ, ਉਹ ਲੈ ਜਾਂਦੇ ਉੱਥੋਂ ਹੋਰ ਕੋਈ, ਅਸੀਂ ਝਾਂਕਦੇ ਬੈਠੇ। ਅੱਛਾ ਜੀ। ਫਿਰ ਅਸੀਂ ਸਾਰਿਆਂ ਨੇ ਸੈਟਿੰਗ ਕਰ ਲਈ ਵੀ ਜਿਹੜੇ ਆਪਾਂ ਦੇਖਿਆ ਜਿਹੜੀ ਆਰਟਿਸਟ ਠੀਕ ਹੈ ਉਹਦੇ ਨਾਲ। ਅੱਛਾ ਜੀ, ਸਾਰੇ ਨਾਲ ਪਹਿਲਾਂ ਰਸਲ ਕਰ ਲੈਂਦੇ ਮਾੜੀ ਮੋਟੀ, ਕਿਉਂਕਿ ਪਤਾ ਹੁੰਦਾ ਸੀ ਗੀਤਾਂ ਤੋਂ ਉਹਨਾਂ ਨੂੰ ਵੀ ਸਾਨੂੰ ਵੀ। ਹਾਂਜੀ ਹਾਂਜੀ, ਬਸ ਉਹ ਖੜੇ ਲੱਗੇ ਹੋਏ ਜੀ, 9 ਬਾਸ ਸੀ ਨਾ, 9 ਬਾਸ ਖੜੇ, ਬਸ ਸਾਡਾ ਹੀ 9 ਅਗਲਾ ਪੁੱਜਦੇ ਤੇ ਉਹ ਆਊਗਾ ਜੀ।
ਬਾਕੀ ਤਾਂ ਕੋਈ ਪੁੱਛਦੇ ਨਹੀਂ ਸੀ ਕੌਣ ਤੁਹਾਡਾ ਹੋਊਗਾ, ਇਹ ਕੋਈ ਸਾਡੀ ਸ਼ਰਤ ਨਹੀਂ ਹੁੰਦੀ। ਬਿਲਕੁਲ ਜੀ ਬਿਲਕੁਲ, ਇਸ ਤਰ੍ਹਾਂ ਚੱਲਦਾ ਰਿਹਾ। ਅਤੇ ਗੀਤਕਾਰ ਤੁਹਾਡੇ ਕਿਹੜੇ ਕਿਹੜੇ ਹੁੰਦੇ ਸੀਗੇ ਜੀ? ਗੀਤਕਾਰ ਮੇਰੇ, ਮੈਂ ਟੋਪ ਕਲਾਸ ਦੇ ਬਾਬੂ ਸਿੰਘ ਮਾਨ ਜੀ, ਦੇਵ ਤਰੀਕਿਆਂ, ਹਾਂਜੀ, ਅਤੇ ਗਿੱਲ ਜਬਮਾਇਰਾ, ਹਾਂਜੀ, ਬਚਨ ਬੇਦਲ, ਹਾਂਜੀ, ਚਤਰ ਸਿੰਘ ਪਰਵਾਨਾ ਜੀ, ਅਤੇ ਪਾਲ ਜੇਠੂਗਿਆਂ, ਹਾਂਜੀ, ਮੱਖਣ ਜੇਠੂਗਿਆਂ, ਹਰਨੇਕ ਸੋਹੀ ਜੀ, ਅਜੀਤ ਪਰਦੇਸੀ, ਕਰਮ ਗੰਧਾਰਾ ਜੀ, ਮੱਖਣ ਇੱਕ, ਗਿੱਲ ਕੋਈ ਵਾਲਾ ਜੀ, ਉਹ ਕੋਈ ਦਾ ਇੱਕ ਮੁੰਡਾ ਹੋਰ ਸੀ, ਉਹਦਾ ਮੈਂ ਨਾਂ ਭੁੱਲ ਗਿਆ। ਹਾਂਜੀ, ਬਿੰਦਰ ਤਾਂ ਨਹੀਂ? ਹੈਂ, ਬਿੰਦਰ ਤਾਂ ਨਹੀਂ? ਬਿੰਦਰ ਕੋਈ ਉਹ ਨਹੀਂ ਆ, ਸ਼ਾਇਦ ਜੀ ਕੋਈ ਨਾਂ ਸੀ ਉਹ। ਇਹਨਾਂ ਕਾਫੀ ਗੀਤਕਾਰਾਂ ਦੇ ਮੈਂ ਗੀਤ ਰਿਕਾਰਡ ਕਰਾਏ। ਅੱਛਾ, ਇੱਕ ਦਿਨ ਦੇ ਵਿੱਚ ਜਿਵੇਂ ਪਹਿਲਾਂ ਸੁਣਦੇ ਹਾਂ ਨਾ, ਇੱਕ ਕਲਾਕਾਰ ਦੋ ਦੋ ਤਿੰਨ ਤਿੰਨ ਅਖਾੜੇ ਵੀ ਲਾ ਦਿੰਦੇ ਸੀ। ਦੋ ਤਾਂ ਆਮ ਸੀ ਸਾਡੇ, ਆਮ ਸੀਗੇ ਜੀ। ਤੁਸੀਂ ਵੱਧ ਕਿੰਨੇ ਅਖਾੜੇ ਲਾਏ ਨੇ? ਚਾਰ, ਇੱਕ ਦਿਨ 'ਚ ਮੇਰਾ ਰਿਕਾਰਡ ਹੈ। ਵਾਹ ਜੀ ਵਾਹ ਜੀ ਵਾਹ। ਕਦੋਂ ਸੀ, ਕਿੱਥੇ ਕਿੱਥੇ ਸੀ? ਜੂਨ 1972 ਦੀ ਗੱਲ ਹੈ। ਅੱਛਾ ਜੀ, 74 ਦੀ? ਹਾਂਜੀ, 1974 ਉਮਜੀਆਂ ਭੱਦਲਾਂ ਦਾ ਪ੍ਰੋਗਰਾਮ ਸੀ, ਬੀਬਾ ਜੀ ਉੱਥੇ ਆਏ ਹੋਏ ਜੀ। ਮੈਂ ਉਸ ਦਿਨ ਤਾਂ ਨਹੀਂ, ਉਸ ਦਿਨ ਦੀ ਨਹੀਂ, ਉਹਨਾਂ ਦਿਨਾਂ ਦੀ ਗੱਲ ਹੈ। ਪਹਿਲਾ ਅਖਾੜਾ ਤਾਂ ਮੈਂ ਲਾਇਆ, ਉਦੋਂ ਇਹ ਕਿਹਾ ਸੀ ਵੀ 2 ਘੰਟੇ ਤੋਂ ਵੱਧ ਮੈਂ ਗਾਉਣਾ ਨਹੀਂ ਜੀ। ਉਦੋਂ 3 ਘੰਟੇ ਅਸੀਂ ਆਰਾਮ ਨਾਲ ਗਾਉਂਦੇ। ਇਹ ਪਹਿਲਾਂ ਗੱਲਾਂ ਕਰ ਲਾ ਭਾਈ, ਮੈਂ 2 ਘੰਟੇ ਤੋਂ ਵੱਧ ਨਹੀਂ ਗਾ ਸਕਦਾ, ਟਾਈਮ ਮੈਂ ਆਪਦਾ ਦੇਊਂਗਾ। ਉਹ ਕਹਿੰਦੇ ਜੀ ਜੋ ਮਰਜ਼ੀ ਕਰ ਲਓ ਜੀ। ਪਹਿਲਾਂ ਮੈਂ ਅਖਾੜਾ ਲਾਇਆ ਲਹਿਰੇ ਕਾਕੇ ਕੋਲ, ਪਿੰਡ ਹੈ ਤੁਹਾਡੇ ਕੋਟੜਾ, ਹਾਂਜੀ, ਉੱਥੇ ਮੇਰੀ ਰਿਸ਼ਤੇਦਾਰੀ, ਮੇਰੀ ਭਾਣਜੀ ਵੇਜੀ ਜੀ, ਕੋਟੜੇ ਲਾਇਆ ਮੈਂ ਅਖਾੜਾ 8 ਤੋਂ 10। ਅੱਛਾ ਜੀ, ਗਰਮੀ ਜੂਨ ਦਾ ਮਹੀਨਾ ਸੀ ਪੂਰੀ। ਹਾਂਜੀ, ਉੱਥੋਂ ਫਿਰ ਮੈਂ ਦੂਜਾ ਸੀ ਮੇਰਾ, ਆਹ ਕਾਲੇ ਕੇ ਪਿੰਡ ਹੈ, ਹਾਂਜੀ, ਸੁਨਾਮ ਕੋਲ, ਹਾਂਜੀ ਹਾਂਜੀ, ਉੱਥੇ ਆਇਆ ਮੈਂ 11 ਵਜੇ। ਉਹਨਾਂ ਦੇ ਕਿਹਾ ਵੀ 11 ਤੋਂ 1 ਤਾਂ ਗਾਊਂਗਾ। ਚਲੋ, ਉੱਥੋਂ ਮੈਂ ਗਾ ਕੇ, ਇਹ ਤੀਜਾ ਪ੍ਰੋਗਰਾਮ ਸੀ ਮੇਰਾ, ਇੱਥੇ ਭਰਮਾਣ ਪਿੰਡ ਹੈ ਇੱਧਰ, ਅਸਾਂ ਤੋਂ ਉੱਥੇ 10 ਕਿਲੋਮੀਟਰ, ਉੱਥੇ ਸੀ ਸ਼ਾਮ ਨੂੰ 5 ਵਜੇ ਨਾ 4 ਵਜੇ। ਜਦੋਂ ਉੱਥੇ ਮੈਂ ਲੇਟ ਹੋ ਗਿਆ, 5 ਵਜੇ ਉੱਧਰੋਂ, ਉਹਨਾਂ ਅਗਲੇ ਛੱਡ ਦੇਣ ਤੇ ਨਾ ਵੀ ਹੋਰ ਲਾ ਦਿਓ ਜਦੋਂ ਹੋਊਗੀ। ਚਲੋ, ਕਰਾ ਕੇ ਮੈਂ ਜਦੋਂ ਇੱਥੇ ਮੈਂ ਭਲਵਾਨ ਆਇਆ, ਅਖਾੜਾ ਲੱਗ ਗਿਆ ਮੇਰਾ, ਉਹ ਇੰਤਜ਼ਾਰ ਕਰਦੇ ਸੀ ਲੋਕ, ਐਸੀ ਗੱਲ ਨਹੀਂ। ਹਾਂਜੀ, ਚਲੋ, ਉੱਥੇ ਗੱਡੀ ਖਰਾਬ ਹੋ ਗਈ ਮੇਰੀ। ਅੱਛਾ ਜੀ, ਐਂਬੈਸਡਰ ਗੱਡੀਆਂ ਆਉਂਦੀਆਂ, ਉਹ ਮੈਂ ਉਹਨੂੰ ਡਰਾਈਵਰ ਨੂੰ ਕਿਹਾ, ਮੈਂ ਕਿਹਾ ਵੀ ਅਸੀਂ ਤਾਂ ਉਹ ਜਿਹੜਾ ਟੈਂਪੂ ਜਿਹਾ ਭੂੰਡ ਜਿਹੇ ਨਵੇਂ ਚੱਲੇ ਦੇ, ਮੈਂ ਕਿਹਾ ਅਸੀਂ ਚੱਲਦੇ ਹਾਂ ਧੂਰੀ ਨੂੰ, ਤੂੰ ਉਹਦੀ ਠੀਕ ਠੁੱਕ ਕਰਾ ਕੇ ਭਾਈ ਆ ਜਾਈਂ। ਹਾਂਜੀ, ਅਸੀਂ ਤਾਂ ਉਹ ਟੈਂਪੂ ਜਿਹਾ ਸਾਲਮ ਕਰ ਲਿਆ ਉੱਥੇ ਹੁੰਦੇ ਨੇ, ਅਸੀਂ ਧੂਰੀ ਆ ਗਏ, ਘਰ ਆ ਗਏ ਨਹਾ ਧੋ ਕੇ ਅਤੇ। ਅੱਛਾ, ਉਹ ਦਿਨ ਸੀਗਾ ਜਦੋਂ 4 ਅਖਾੜੇ ਲਾਏ? ਹਾਂ, ਰਾਤ ਦਾ ਸੀ ਮੇਰਾ, ਫਿਰ 9 ਵਜੇ ਸੰਗਰੂਰ। ਅੱਛਾ ਜੀ, ਚੱਲ ਇੱਥੋਂ ਤਿਆਰ ਸ਼ੁਰੂ ਹੋ ਕੇ ਅਸੀਂ ਉਹ ਗੱਡੀ ਲਿਆਇਆ, ਅਸੀਂ ਸੰਗਰੂਰ ਚਲੇ ਗਏ। ਸੰਗਰੂਰ ਤਾਂ ਮੈਂ 1 ਘੰਟਾ ਕੀ ਗਾਇਆ ਸੀ ਸੰਗਰੂਰ, ਜਦੋਂ ਉਹ 1 ਘੰਟਾ ਸਾਡਾ ਲੱਗ ਗਿਆ ਪ੍ਰੋਗਰਾਮ, ਕਹਿੰਦੇ ਜਾ ਚੁੱਕੋ ਪੈਸੇ ਵੀ ਸਾਡੀ ਬਰਾਤ ਲੇਟ ਹੋ ਗਈ, ਹੁਣ ਸਾਡਾ ਕੰਮ ਲੇਟ ਹੋ ਜੂਗਾ, ਤੁਸੀਂ ਬਈ ਪਹਿਲਾਂ ਹੀ ਲੇਟ ਹਾਂ ਅਸੀਂ, ਤੁਹਾਡਾ ਧੰਨਵਾਦ ਜੀ, ਚੱਲ ਠੀਕ ਹੈ। ਅੱਛਾ, ਪਹਿਲਾ ਅਖਾੜਾ ਤੁਸੀਂ ਲਾਇਆ ਸੀ ਟਰੈਕਟਰ 'ਤੇ? ਟਰੈਕਟਰ 'ਤੇ, ਜਦੋਂ ਲੁਧਿਆਣੇ ਵਾਲੀ ਟੀਮ ਆਈ ਹੈ। ਅਤੇ ਫਿਰ ਆਪਣੀ ਗੱਡੀ ਕਦੋਂ ਲੈ ਲਈ ਸੀ? ਆਪਣੀ ਗੱਡੀ ਤਾਂ ਮੈਂ ਲਈ ਹੈ ਆ ਕੇ 80 'ਚ। ਕਿਹੜੀ ਅੰਬੈਸਡਰ ਜੀ? ਅੰਬੈਸਡਰ ਜੀ ਜੀ, ਉਹ ਅੰਬੈਸਡਰ ਹੁੰਦੀ ਉਦੋਂ 80 'ਚ, ਮੈਂ ਉਹ ਰੱਖੀ ਹੈ ਥੋੜ੍ਹਾ ਚਿਰ ਰੱਖੀ, ਫਿਰ ਮੈਂ ਵੇਚਤੀ ਸੀ ਗੱਡੀ। ਉਹਦਾ ਕਾਰਨ ਪਤਾ ਕੀ ਸੀ? ਮੈਨੂੰ ਉਹ ਗੱਡੀ ਦੀ ਕਈ ਵਾਰੀ ਪ੍ਰੋਬਲਮ ਹੋ ਜਾਣੀ, ਚਲਾਉਣੀ ਵੀ ਆਪ, ਅਤੇ ਬੇਕੋ ਆਹ ਹੋ ਗਿਆ ਜੀ, ਚਲੋ ਉੱਥੇ ਵਰਕਸ਼ਾਪ ਬਣਾਉਣਾ। ਮੈਂ 1-2 ਸਾਲ ਰੱਖੀ, ਮੈਂ ਕਿਰਾਏ 'ਤੇ ਲੈ ਕੇ ਚੱਲਿਆ, ਕਰੇ ਇਹਨੂੰ ਨਹੀਂ ਲੈ ਜਾਂਦੇ।
ਮੈਂ ਫਿਰ ਕਿਰਾਏ ਵਾਲੀ ਗੱਡੀ 'ਚ ਘੜ ਲੱਗ ਗਿਆ, ਮੈਂ ਕਿਹਾ ਮੌਜਾਂ ਨਾਲ ਉੱਤਰ ਜਾਂਦੇ ਆ, ਮੌਜਾਂ ਨਾਲ ਬਹਿ ਜਾਂਦੇ, ਕੁਛ ਕਰੇ ਕੋਈ ਨਾ ਕਰੇ, ਉਹ ਫਿਰ ਐਂ ਚੱਲਦਾ ਗਿਆ। ਹਾਂਜੀ, ਅਤੇ ਵੱਧ ਤੋਂ ਵੱਧ ਕਿੰਨੇ ਪੈਸੇ ਲਏ ਖੜੇ ਦੇ? ਅਸੀਂ ਸ਼ੁਰੂ ਤਾਂ ਕਰਿਆ ਸੀਗਾ 300 ਰੁਪਏ ਤੋਂ, 300-400। ਹਾਂਜੀ, ਮੈਂ ਬੰਦ ਕਰਿਆ 10,000 ਰੁਪਏ ਤੱਕ। ਕਦੋਂ ਬੰਦ ਕਰਿਆ? ਇਹ ਹੋਊਗਾ 2000 ਤੱਕ ਤਕਰੀਬਨ ਜੀ। ਹਾਂ, ਕਿਉਂਕਿ ਫਿਰ 1900 ਉਹਦੇ 'ਚ ਅੱਤਵਾਦ ਆ ਗਿਆ ਸੀ ਨਾ ਵਿੱਚ, ਉਦੋਂ ਸਾਰੀ ਚੁੱਪ ਕਰ ਗਏ ਤੇ ਸਾਰੇ ਜੀ, ਬਹੁਤ ਮੇਰੇ ਮਗਰ ਪਏ ਤੇ ਕਈ ਵਾਰੀ ਮੇਰੇ ਤੋਂ 10 ਵਾਰੀ ਘਰ ਆਏ ਤੇ ਘੱਟੋ। ਅੱਛਾ ਜੀ, ਮੈਂ ਇਹ ਗੱਲ ਪੁੱਛਣੀ ਸੀ ਵੀ ਤੁਹਾਡੇ ਨਾਲ ਵੀ ਇੱਦਾਂ? ਬਹੁਤ ਮੈਂ ਬੜੀ ਮੁਸ਼ਕਿਲ ਨਾਲ ਬਚਿਆ। ਅੱਛਾ ਜੀ, ਧਮਕੀ ਆਉਂਦੇ ਤੁਹਾਨੂੰ ਵੀ? ਧਮਕੀ ਆਉਂਦੀ ਜੀ, ਮੇਰੇ ਘਰ ਆਉਂਦੇ ਰਹੇ ਨੇ। ਅੱਛਾ ਜੀ, ਹਾਂ ਨੈਚੁਰਲ, ਮੈਂ ਉਹਦੇ ਪਹਿਲੇ ਦਿਨ ਮੈਨੂੰ ਮਾਰ ਸਕਦੇ ਤੇ ਉਹ, ਫਿਰ ਤਾਂ ਮੈਂ ਅਲਰਟ ਹੋ ਗਿਆ, ਫਿਰ ਮੈਂ ਫਿਰ ਆਉਂਦੇ ਰਹੇ ਉੱਧਰ ਮੇਰੇ ਮਗਰੋਂ, ਤਲਾਸ਼ੀ ਵੀ ਲੈ ਗਏ ਮੈਨੂੰ ਘਰ ਦੀ। ਅੱਛਾ ਜੀ, ਹਾਂ ਸਾਰੇ ਕੋਈ ਥਰੈਡ, ਚਿੱਠੀਆਂ ਵਗੈਰਾ ਵੀ ਆਉਂਦੀਆਂ ਤੁਹਾਨੂੰ? ਹੈਂ, ਚਿੱਠੀਆਂ ਵਗੈਰਾ ਵੀ ਆਉਂਦੀਆਂ ਤੁਹਾਨੂੰ ਜਾਂ ਚਿੱਠੀਆਂ ਵਗੈਰਾ ਵੀ ਆਉਂਦੀਆਂ ਸੀ? ਨੋਟ ਐਟ ਆਲ। ਅੱਛਾ, ਸਿੱਧੇ ਹੀ ਆਏ ਸੀ? ਨਾ, ਮੈਨੂੰ ਧਮਕੀ ਦੇ ਗਏ ਤੇ, ਧਮਕੀ ਨਹੀਂ ਮਤਲਬ, ਮੈਂ ਇਹ 25 ਦਸੰਬਰ ਦੀ ਗੱਲ ਹੈ, 25 ਦਸੰਬਰ ਨੂੰ ਮੈਨੂੰ, ਮੈਂ ਇੱਥੇ ਬਾਹਰ ਧੁੱਪੇ ਬੈਠੇ ਸੀ, ਤਿੰਨ ਦੋ ਦਿਨ ਮੁੰਡੇ ਹੋਰ ਮੇਰੇ ਨਾਲ ਬੈਠੇ। ਕਿ 25 ਦਸੰਬਰ ਸੰਨ ਕਿਹੜਾ ਜੀ? ਇਹ ਸੰਨ ਹੈ ਕੋਈ 90। ਅੱਛਾ ਜੀ, 90, 1990, 25 ਦਸੰਬਰ ਕ੍ਰਿਸਮਸ ਡੇ ਸੀ, ਉੱਥੇ ਬੈਠੇ। ਇੱਕ ਲੋਈ ਲੈ ਕੇ ਮੁੰਡਾ ਆਇਆ ਸਕੂਟਰ 'ਤੇ, ਉਹ ਕਹਿੰਦਾ ਨਿਰਮਾਣ ਕਿਹੜਾ ਵੀ, ਉਹ ਨਾਲ ਦੇ ਨੇ ਮੈਨੂੰ, ਮੈਂ ਸਮਝ ਗਿਆ ਮੈਂ, ਉਹ ਕਹਿੰਦਾ ਆਹ ਬੈਠੇ, ਹੁਣ ਉਹਨੂੰ ਕੀ ਪਤਾ ਵੀ ਕੌਣ ਹੈ ਕੌਣ ਨਹੀਂ। ਮੈਂ ਕਿਹਾ ਹਾਂਜੀ ਦੱਸੋ, ਕਹਿੰਦਾ ਧਾਰਮਿਕ ਗਾਣੇ ਗਾਇਆ ਕਰੋ। ਅੱਛਾ ਜੀ, ਮੈਂ ਕਿਹਾ ਕੋਈ ਗੱਲ ਨਹੀਂ, ਧਾਰਮਿਕ ਗਾ ਲਾਂਗੇ, ਮੈਂ ਤਾਂ ਮਾੜਾ ਕਦੇ ਗਾਇਆ ਨਹੀਂ, ਤੁਸੀਂ ਕਹਿੰਦੇ ਧਾਰਮਿਕ ਗਾ ਲਿਆ ਕਰਾਂਗੇ, ਮੈਂ ਪਰ ਹੁਣ ਤਾਂ ਵਿਹਲੇ ਬੈਠੇ ਆ, ਕੰਮ ਹੈ ਨਹੀਂ ਕੋਈ। ਕਹਿੰਦਾ ਬਸ ਤੈਨੂੰ ਕਹਿ ਧਾਰਮਿਕ ਗਾਉਣਾ। ਮੈਂ ਕਿਹਾ ਚੱਲ ਠੀਕ। ਫਿਰ ਗਾਏ? ਨਾ, ਉਹ ਚਲਿਆ ਗਿਆ ਕਹਿ ਕੇ, ਉਹ ਚਲਿਆ ਗਿਆ, ਇੱਧਰ ਨੂੰ ਮੁੜ ਗਿਆ, ਇੱਧਰੋਂ ਹੀ ਆਇਆ ਸੀ। ਮੈਂ ਚੱਲ, ਮੈਂ ਸਾਹਿਬ ਨੂੰ ਸਮਝਿਆ, ਮੈਂ ਚੱਲ ਕਹਿ ਗਿਆ ਕੋਈ ਗੱਲ ਨਹੀਂ। ਹਾਂਜੀ, ਰਾਤ ਨੂੰ, ਉਸੇ ਰਾਤ ਨੂੰ ਅਸੀਂ ਇੱਥੇ ਆਹ ਕਮਰੇ 'ਚ, ਮੇਰੀ ਮਿਸਿਸ ਅਤੇ ਮੇਰਾ ਪੋਤਾ ਸੀ ਛੋਟਾ ਜਿਹਾ, ਉਦੋਂ ਪ੍ਰੋਗਰਾਮ ਚੱਲਦਾ ਹੁੰਦਾ ਉਹ ਰੌਣਕ ਮੇਲਾ, ਇਹਦੇ 'ਤੇ TV 'ਤੇ ਜੀ, ਉਹ ਦੇਖ ਰਹੇ ਹਾਂ ਬੈਠੇ ਅਸੀਂ, ਗੀਤ ਸੰਗੀਤ ਦਾ ਪ੍ਰੋਗਰਾਮ ਹੁੰਦਾ, ਇੰਨੇ ਦਰਵਾਜ਼ਾ ਖਟ ਕਰ ਦਰਵਾਜ਼ਾ ਹੋਇਆ, ਮੈਂ ਅਸੀਂ ਅੰਦਰ ਬੈਠੇ ਹਾਂ, ਕੋਈ ਨਹੀਂ ਗੱਲ ਵੀ ਕੌਣ ਹੈ ਕੌਣ ਨਹੀਂ। ਉਹ ਮੈਂ ਉੱਠਣ ਲੱਗਿਆ, ਮੇਰੀ ਮਿਸਿਸ ਕਹਿੰਦੀ ਮੈਂ ਦੇਖਦੀ। ਹਾਂਜੀ, ਉਹਨਾਂ ਨੇ ਦੇਖਿਆ, ਗੇਟ ਵੀ ਮੇਰਾ ਉਦੋਂ ਉੱਤੇ ਕੁਝ ਲੱਗਿਆ ਨਹੀਂ ਹੋਇਆ ਸੀ, ਸਾਦਾ ਹੀ ਗੇਟ ਸੀ। ਕਹਿੰਦਾ ਉਹ ਮੈਨੂੰ ਆਏ, ਕਹਿੰਦੀ ਲੋਹੀਆਂ ਆਏ ਨੇ ਦੋ ਮੁੰਡੇ, ਕਹਿੰਦੇ ਖੜੇ ਕਹਿੰਦੇ ਖੜੇ। ਮੈਂ ਕਿਹਾ ਫਿਰ ਇਹ ਤਾਂ ਉਹੀ ਨੇ ਜਿਹੜੇ ਦਿਨ ਨੂੰ ਮੈਨੂੰ ਕਹਿ ਕੇ ਗਏ, ਇਹ ਤਾਂ ਮੈਂ ਖਰਾਬ ਹੈ ਕੰਮ। ਮੈਂ ਕਿਹਾ ਤੁਸੀਂ ਐਂ ਕਰੋ, ਇੱਥੇ ਗੇਟ ਹੁੰਦਾ ਸਾਰੇ ਛੋਟਾ, ਮੈਂ ਕਿਹਾ ਤੁਸੀਂ ਇੱਥੋਂ ਦੀ ਲੰਘ ਕੇ ਅੰਦਰਲੇ ਕਮਰਿਆਂ 'ਚ ਪਾ ਕੇ ਚੱਲੋ, ਵੀ ਮੇਰੇ ਨਾਲ ਇਹ ਕਰਨਾ ਜੋ ਕਰਨਾ ਨਹੀਂ ਵੀ ਤੁਹਾਨੂੰ ਵੀ। ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ, ਵੀ ਤੁਸੀਂ ਵੀ ਨਾਲ ਆਓ। ਮੈਂ ਕਿਹਾ ਸਾਰਿਆਂ ਨੂੰ ਮਾਰ ਦੇਣਗੇ ਕੀ ਫਾਇਦਾ। ਕਹਿੰਦੇ ਨਹੀਂ, ਜਿਹੜਾ ਉਹ ਦੇਖੀਏ। ਚੱਲ ਮੈਂ ਭਾਈ, ਮੈਂ ਕਿਹਾ ਚੰਗਾ ਬੱਤੀਆਂ ਬੰਦ ਕਰ ਦਿਆ ਸਾਰੀਆਂ, ਅਸੀਂ ਸਾਰੀਆਂ ਬੱਤੀਆਂ ਬੰਦ ਕਰਕੇ ਇਸ ਕਮਰੇ 'ਚ ਆ ਗਏ। ਇੱਥੇ ਜਦ ਅਸੀਂ ਬੈਠੇ, ਉਹਨਾਂ ਨੂੰ ਸ਼ੱਕ ਹੋ ਗਿਆ ਵੀ ਇਹਦੇ ਕੋਲ ਹਥਿਆਰ ਹੈ, ਹੋਊਗਾ ਜਿਹਨਾਂ ਨੇ ਬੱਤੀਆਂ ਬੰਦ ਕਰਤੀਆਂ, ਅੰਦਰ ਵੜਾਂਗੇ ਮਾਰ ਦੂਗਾ ਤੁਹਾਨੂੰ। ਅੰਦਰ ਨਹੀਂ ਵੜੇ ਫਿਰ ਉਹ, ਚਲੇ ਚੁਲੇ ਗਏ। ਅਸੀਂ 11-12 ਵਜੇ ਪੈ ਗਏ। ਨੈਕਸਟ ਡੇ ਜਦੋਂ ਮੈਂ ਉੱਠਿਆ ਅਤੇ ਮੈਂ ਕਿਹਾ ਵੀ ਰਾਤ ਘਰ ਆ ਗਈ, ਮੈਂ ਅੱਜ ਘਰ ਨਹੀਂ ਪੈਂਦਾ। ਫਿਰ ਮੈਂ ਇੱਥੇ ਇੱਕ ਦੋਸਤ ਸੀ ਮੇਰਾ,
ਉਹਦੇ ਘਰ ਪਿਆ, ਉਦੋਂ ਪਾਉਂਦਾ ਵੀ ਨਹੀਂ ਸੀ ਕੋਈ ਅਗਲਾ, ਕਹਿੰਦਾ ਸਾਡੇ ਮਾਰ ਦੇਣਗੇ। ਹਾਂਜੀ, ਹਰੇਕ ਡਰਦਾ ਸੀ ਜੀ। ਅਤੇ ਫਿਰ ਮੈਂ ਇੱਕ ਸਾਡੇ ਕੋਮਰੇਡ ਹੈ, ਇੱਕ ਰਾਤ ਉਹਦੇ ਕੱਟੀ, ਦੋ ਉਹਨਾਂ ਦੇ ਕੱਟੀਆਂ, ਇੱਕ ਫਿਰ ਤੀਜੀ ਰਾਤ ਮੈਂ ਉੱਧਰ ਕੱਟੀ। ਫਿਰ ਮੈਂ ਜਦੋਂ ਮੈਂ ਘਰ ਆਇਆ ਨੈਕਸਟ ਡੇ ਮੋਰਨਿੰਗ, ਉਹ ਕਹਿੰਦੇ ਹੁਣ ਇਹ ਸਾਰੀ ਤਲਾਸ਼ੀ ਲੈ ਕੇ ਗਏ ਨੇ, ਸਾਰੀਆਂ ਅਲਮਾਰੀਆਂ ਮੰਜੇ ਸਭ ਕਰਕੇ, ਅਤੇ ਵੀ ਤੁਸੀਂ ਚਲੇ ਜਾਓ। ਤੁਹਾਡੇ ਵੀ ਇੱਦਾਂ ਦੇ ਕੁਛ ਗੀਤ ਸੀ ਹੈ? ਤੁਹਾਡੇ ਵੀ ਕੁਛ ਗੀਤ ਇੱਦਾਂ ਦੇ ਸੀ ਜਿਹੜਾ ਇਤਰਾਜ਼ ਸੀ ਉਹਨਾਂ ਨੂੰ? ਇਹ ਗੀਤ ਮੈਂ ਇੱਕ ਤਾਂ ਕਮਿਊਨਿਸਟ ਸੀ, ਇੱਕ ਗਵੱਈਆ ਸੀ। ਅੱਛਾ, ਭਾਰਤੀ ਕਮਿਊਨਿਸਟ ਪਾਰਟੀ ਦੇ ਨਾਲ ਸੰਬੰਧ ਰੱਖਦਾ। ਅੱਛਾ ਅੱਛਾ ਅੱਛਾ। ਅਤੇ ਉਹ ਚਲੋ ਉਹ ਛੱਡੋ ਜ਼ਿਆਦਾ, ਅਤੇ ਉਹ ਮਸ਼ਹੂਰ ਬੰਦੇ ਨੂੰ ਮਾਰਦੇ ਤੇ, ਕਿਉਂ ਦਹਿਸ਼ਤ ਉਹਦੇ ਨਾਲ ਪੈਂਦੀ ਸੀ, ਇਹਦੇ ਨਾਲ ਸਾਰੇ ਜਾਣਦੇ, ਸਭ ਨੂੰ ਪਤਾ ਲੱਗਾ ਉਹ ਮਾਰਤਾ ਜੀ, ਉਹ ਮਾਰਦਾ ਜੀ। ਠੀਕ, ਇਹ ਕਾਰਨ ਸੀਗਾ ਜੀ? ਹਾਂ, ਇਹ ਕਾਰਨ। ਚੱਲ ਮੈਂ ਤਿਆਰ ਤੁਰ ਕੇ ਵੱਗ ਗਿਆ, ਮੁੜ ਕੇ ਮੈਂ 15-20 ਦਿਨ ਮਹੀਨਾ ਮੈਂ ਘਰ ਨਹੀਂ ਆਇਆ। ਆਉਂਦਾ ਦਿਨ ਨੂੰ ਕਾਮਰੇਡ ਭਾਨ ਸਿੰਘ ਭੌਰਾ ਐਮ ਪੀ ਰਹੇ ਨੇ ਮੇਰੇ ਕਲਾਸ ਫੈਲੋ 'ਤੇ, ਉਹ ਮੈਨੂੰ ਲੈ ਆਉਂਦੇ ਹੁੰਦੇ ਗੱਡੀ 'ਚ, ਕੱਪੜੇ ਬਦਲ ਕੇ ਮੈਂ ਆਪਦਾ ਉਹਨਾਂ ਨਾਲ ਵੀ ਚਲੇ ਜਾਂਦਾ। ਮੈਂ ਰਹਿਣ ਲੱਗ ਗਿਆ, ਸਾਡੇ ਭਾਰਤੀ ਕਾਂਗਰਸ ਪਾਰਟੀ ਦਾ ਦਫ਼ਤਰ ਹੈ ਸੰਗਰੂਰ, ਉੱਥੇ ਰਹਿਣ ਲੱਗ ਗਿਆ। ਉੱਥੇ ਗੰਨਾ ਗੁੰਨਾ ਸਾਡੇ ਕੋਲ ਹੈਗੀਆਂ ਤੀਆਂ, ਜਿਹਦੇ ਆਉਣਾ ਘਰ ਉਹਨਾਂ ਨੇ ਨਾਲ ਲਿਆਉਣਾ। ਚੱਲ ਇਸ ਤਰ੍ਹਾਂ 2 ਮਹੀਨੇ ਮੈਂ ਕੱਢੇ, ਉਸ ਤੋਂ ਬਾਅਦ ਫਿਰ ਟਿਕਟ ਪਾਸ ਹੋ ਗਿਆ। ਫਿਰ ਕਾਹਨੂੰ, ਫਿਰ ਮੈਂ ਮਹੀਨਾ ਕੁ ਤਾਂ ਫਿਰਦਾ ਰਿਹਾ, ਮੈਂ ਕਿਹਾ ਮਿੱਤਰੋ ਐਂ ਕਿਵੇਂ ਫਰੀ ਆਵਾਂਗੇ, ਹੋਰ ਕਰੀਏ ਕਿਉਂ। ਫਿਰ ਮੈਨੂੰ ਉਹ ਐਸ ਐਸ ਪੀ ਕੋਲ ਲੈ ਗਏ, ਕਹਿੰਦੇ ਬੰਦੇ ਲੈ ਜਾਓ 4 ਜਣੇ 2 ਜਣੇ। ਮੈਂ ਕਿਹਾ ਨਾ, ਮੈਂ ਕਿਹਾ ਹਥਿਆਰ ਦੇ ਦਿਓ। ਉਹਨਾਂ ਨੇ ਮੈਨੂੰ ਦਿੱਤੀਆਂ 2, ਇੱਕ 3.72 ਪੱਕੀ ਗੰਨ ਜੀ, ਇੱਕ 12 ਮੋਹਰ ਸਾਡੇ ਕੋਲ ਹੈਗੀ ਸੀ, ਉਹ 2-3 ਹਥਿਆਰ ਸਾਡੇ ਕੋਲ ਹੋਵੇ। ਇੱਥੇ ਭਰ ਲਿਆ ਮੋਰਚਾ ਅਸੀਂ ਇੱਟਾਂ ਦਾ ਬਣਾ ਬਣਾ ਕੇ, ਉਹ ਤਾਂ ਸਾਡਾ ਕੰਮ ਤਾਂ ਬੰਦ ਹੈ ਜੀ। ਉਹ ਫਿਰ ਇੱਕ ਮੇਰਾ ਬੇਟਾ ਪੈ ਜਾਂਦਾ ਸੀ ਵੱਡਾ, ਸੀ ਕਾਨੂੰ ਗੁਰ ਰਿਟਾਇਰ ਹੋਇਆ, ਅਤੇ ਇੱਕ ਮੈਂ ਬਹਿ ਜਾਂਦੇ ਸੀ ਲੈ ਕੇ। ਲਵਲੀ ਜੀ? ਲਵਲੀ ਉਦੋਂ ਸੰਘਰਸ਼ ਸੀਗਾ, ਕਦੇ ਲੁਧਿਆਣੇ ਕਦੇ ਕਿਤੇ ਕਦੇ ਕਦੇ ਇਸ ਤਰ੍ਹਾਂ, ਉਦੋਂ ਸਹੀ ਗੱਲ 90 ਦੀ ਗੱਲ ਹੈ। ਚਲ ਉਹ ਘੱਟ ਵੱਧ ਘਰ ਆਉਂਦਾ, ਆ ਜਾਂਦਾ, ਚਲਿਆ ਜਾਂਦਾ, ਉਹ ਘਰ ਨਹੀਂ ਸੀ। ਚੱਲ ਅਸੀਂ ਬਹਿ ਗਏ, ਫਿਰ ਮੁੜ ਕੇ ਸਾਡੇ ਉੱਧਰ ਵੀ ਆਉਂਦੇ ਰਹੇ, ਦੂਜੇ ਘਰਾਂ 'ਚ ਵੀ ਬਾਹਰ ਨਿਕਲੂਗਾ ਫਿਰ ਮਾਰਾਂਗੇ, ਸਾਡੀ ਬਿਜਲੀ ਕੱਟੀ ਵੀ ਲਾਈਟ ਕਰਕੇ ਬਾਹਰ ਨਿਕਲਣਗੇ। ਮੈਂ ਕਹਿੰਦਾ ਸੀ ਵੀ ਸਭ ਉਹਨਾਂ ਦੇ ਹੇਰ ਪੈਣ, ਬਿਲਕੁਲ ਬਾਹਰ ਨਹੀਂ ਕਿਧਰੇ ਜਾਣਾ, ਇੱਥੇ ਰੌਲਾ ਪਿਆ। ਕਈ ਵਾਰੀ ਆ ਗਏ ਹੋਏ, ਆ ਗਏ, ਇਹਨਾਂ ਨੂੰ ਗੁਆਂਢੀਆਂ ਨੂੰ ਪਤਾ ਨਹੀਂ ਸੀ ਮੇਰੇ ਪਿੱਛੇ ਆਉਂਦੇ ਨੇ, ਜਦ ਇਹਨਾਂ ਨੂੰ ਪਤਾ ਲੱਗ ਗਿਆ ਚੁੱਪ ਕਰ ਗਏ, ਇਹਨਾਂ ਨੇ ਕੋਈ ਬੋਲਿਆ ਨਹੀਂ ਮੁੜ ਕੇ। ਇਹ ਪਰ ਵੀ ਆਹ ਮੇਰੇ ਸਾਹਮਣੇ ਗੁਆਂਢੀ ਬਹੁਤ ਵਧੀਆ ਨੇ, ਇਹ ਸਾਡਾ ਖਿਆਲ ਰੱਖਦੇ ਰਹੇ ਹਮੇਸ਼ਾ, ਬਹੁਤ ਵਧੀਆ ਬੰਦੇ ਨੇ ਜੀ। ਚੱਲ ਇਸ ਤਰ੍ਹਾਂ ਉਹ ਸਮਾਂ ਲੰਘ ਗਿਆ, ਬਚ ਗਏ, ਉਹ ਮਾਰੇ ਗਏ, ਅਸੀਂ ਹੋਏ ਹੋਏ। ਹਾਂਜੀ, ਅਤੇ ਅਮਰ ਸਿੰਘ ਚਮਕੀਲਾ ਜੀ ਵੀ ਉਸੇ ਦੌਰ ਦੇ ਵਿੱਚ ਹੀ ਮਾਰੇ ਗਏ ਸੀ ਨਾ ਜੀ? ਅਤੇ 88 'ਚ ਮਾਰੇ ਗਏ, 88 'ਚ। ਹਾਂਜੀ, ਅਤੇ ਉਹਨਾਂ ਨਾਲ ਤੁਹਾਡਾ ਮੇਲ ਹੋਇਆ ਜੀ ਕਦੇ? ਚਮਕੀਲਾ ਜੀ ਨਾਲ ਪਹਿਲਾਂ? ਬਹੁਤ ਵਧੀਆ, ਬਹੁਤ ਅੱਛਾ ਮੁੰਡਾ, ਨੇਕ, ਇੰਨਾ ਨੇਕ ਸੀ, ਇੰਨਾ ਵਧੀਆ ਮੁੰਡਾ ਸੀ। ਅੱਛਾ ਜੀ। ਮੈਂ ਉਦੋਂ ਤਾਂ ਗਾਉਣਦਾ ਨਹੀਂ ਸੀ ਨਾ, ਗੀਤ ਗਾ ਲਿਖਦਾ ਸੀ ਉਦੋਂ, ਮੇਰੇ ਨਾਲ ਉਹ ਹਾਰਮੋਨੀਅਮ ਵਜਾਉਣ ਗਿਆ ਸਟੇਜ 'ਤੇ ਮੇਰੇ ਨਾਲ। ਅੱਛਾ ਜੀ। ਹਾਂ, 2-3 ਵਾਰੀ ਮੇਰੇ ਨਾਲ ਗਏ। ਫਿਰ ਤੁਹਾਨੂੰ ਵੀ ਆਪਣੇ ਗਾਣੇ ਹੁੰਦਾ ਪਾਪਾ ਜੀ ਨਾਲ ਲੈ ਕੇ ਚੱਕੇ ਚਲੇ ਗਏ। ਹਾਂਜੀ, ਲੈ ਕੇ ਚੱਲੇ ਗਏ ਜੀ ਜੀ। ਪਰ ਉਦੋਂ ਉਹ ਵੀ ਸੰਘਰਸ਼ ਕਰਦਾ ਹੋਣਾ ਨਹੀਂ, ਉਦੋਂ ਪੂਰਾ ਸੰਘਰਸ਼ ਸੀ ਉਦੋਂ। ਉਹਦੇ ਗੀਤ ਤਾਂ ਰਿਕਾਰਡ ਸ਼ਿੰਦੇ ਨੇ ਕਰਾਤੇ ਸੀਗੇ, ਅਤੇ ਮਤਲਬ ਆਪ ਨਹੀਂ ਸੀ ਜਿਹੜੇ ਗਾਉਣ ਲੱਗੇ ਇਸ ਤਰ੍ਹਾਂ। ਅਤੇ ਤੁਹਾਨੂੰ ਕੋਈ ਇੱਦਾਂ ਦੇ ਗਾਣਿਆਂ ਦਾ ਜਾਂ ਕੋਈ ਸ਼ਬਦਾਂ ਦਾ ਪਛਤਾਵਾ ਹੈ ਵੀ ਯਾਰ ਗਾਣੇ ਜਿਹੜੇ ਮੈਂ ਨਹੀਂ ਕਰਦਾ? 4-5 ਗੀਤ ਨੇ ਸਰ, ਉਹ ਡਬਲ ਮੀਨਿੰਗ ਨੇ ਜੀ, ਸਿੱਧੇ ਤਾਂ ਨਹੀਂ ਹੈਗੇ, ਡਬਲ ਮੀਨਿੰਗ।
ਉਹ ਫਿਰ ਉਹਨਾਂ ਦਾ ਬਸ ਸੋਚ ਹੈ ਕਿ ਮੈਂ ਤਾਂ ਗੀਤ ਪਹਿਲਾਂ ਚਾਹੇ ਦੇਵ ਦਾ ਹੁੰਦਾ ਕਿਸੇ ਦਾ ਹੁੰਦਾ, ਮੈਂ ਗੀਤ ਪੜ੍ਹ ਕੇ ਜੇ ਕੋਈ ਅਸ਼ਲੀਲ ਸ਼ਬਦ ਮੈਂ ਉਹ ਕੱਟ ਕੇ ਹੋਰ ਭਰ ਦਿੰਦਾ, ਇੰਨਾ ਤਾਂ ਮੈਂ ਕਰਦਾ ਰਿਹਾ। ਪਰ ਫਿਰ ਇੱਕ ਦੋ ਚਾਰ ਹੋ ਗਏ ਵਿੱਚ ਡਬਲ ਬਾਈਂਡਰ ਡਬਲ ਮੀਨਿੰਗ ਦੇ ਜਿਹੜੇ ਸੀਗੇ ਉਹ ਹੋ ਗਏ। ਅੱਛਾ ਇੱਕ ਚੀਜ਼ ਹੋਰ ਹੈ ਨਾ, ਚਲੋ ਸਮੇਂ ਦੇ ਹਿਸਾਬ ਨਾਲ ਪਲਟੀ ਤਾਂ ਬਜਦੀ ਹੈ ਨਾ, ਹਰ ਇੱਕ ਚੀਜ਼ ਸਮਾਂ ਬਦਲਦਾ। ਜਿਹੜਾ ਤੁਹਾਡੇ ਵਾਲਾ ਸਮਾਂ ਸੀ ਉਹ ਜਿਵੇਂ ਇੱਦਾਂ ਦੇ ਮੈਕ ਹੁੰਦੇ ਸੀਗੇ ਜਾਂ ਤਾਂ, ਅਤੇ ਉਹ ਜਿਹੜੇ ਪਿੰਡ ਵਾਲੇ ਸੌਂਡ ਦੀ ਗਾ ਗਵਾਉਂਦੇ ਸੀ। ਬਿਲਕੁਲ, ਸਾਡੇ ਵੇਲੇ ਤਾਂ ਸਟੇਜ ਵੀ ਰੇਹੜੀਆਂ ਦੀ ਹੁੰਦੀ ਸੀ। ਹਾਂਜੀ, ਔਰ ਸੰਘ 'ਚ ਮਾਈਕ ਲਾਉਂਦੇ ਹੁੰਦੇ, ਸੰਘ ਹੁੰਦਾ ਨਾ ਸੰਘ, ਹਾਂਜੀ ਜਾਣਦੇ ਹੋ, ਹਾਂਜੀ ਹਾਂਜੀ, ਉਹਦੇ 'ਚ ਫਸਾਉਂਦੇ ਆ ਮੁੱਠੀ, ਹਾਂਜੀ ਦੋ ਆ ਉਹ ਲੱਗੇ ਦੋ ਆ ਸੰਘ ਕਹਿੰਦੇ ਹੋ, ਹਾਂਜੀ ਮੁੱਠੀ ਮਾਈਕ ਹੁੰਦਾ ਉਹ, ਫਿਰ ਵਾਰੀ ਵਾਰੀ ਮੈਂ ਗਾ ਦੇਣਾ ਉੱਧਰੋਂ ਉਹਨੇ ਗਾ ਦੇਣਾ ਫਿਰ ਮੈਂ ਗਾ ਦੇਣਾ, ਐਂ ਅਸੀਂ ਡਿਊਟ ਗਾਉਂਦੇ ਹੁੰਦੇ ਤੇ ਸੋਲੋ ਗਾਈ ਜਾਣਾ, ਔਰ ਬੜਾ ਚੱਲਦਾ ਸੀ ਕੰਮ। ਫਿਰ ਸਟੇਜ ਸਟੇਜ ਵੀ ਇਹ ਹੈ ਵੀ ਕਿਤੇ ਇਹ ਵੀ ਨਹੀਂ ਕੋਈ ਕਿਤੇ ਬਾਹਰ ਜਿੱਥੇ ਵੀ ਜੀ ਕਰਦਾ ਉੱਥੇ ਸਟੇਜ ਲਾਉਂਦੇ, ਰੇੜੀਆਂ ਖੜਾਉਂਦੇ ਅਸੀਂ ਵਗ ਜਾਂਦੇ, ਐਂ ਬਹੁਤ ਬਹੁਤ ਸ਼ਾਨਦਾਰ ਕੰਮ ਚੱਲਦਾ। ਕਿਉਂਕਿ ਇੱਕ ਉਹ ਸੀਨ ਹੈ ਜਿਹੜਾ ਨਾ ਜੀ ਅੱਖਾਂ ਮੂਹਰੇ ਘੁੰਮਦਾ ਰਹਿੰਦਾ, ਪਰ ਉਹਦੀ ਕਿਤੇ ਵੀਡੀਓ ਨਾ ਹੈਗੀ ਹੈ ਨਾ ਹੀ ਮਿਲਣੀ ਹੈ। ਜਦੋਂ ਕੋਈ ਕਲਾਕਾਰ ਗਾਉਂਦਾ ਸੀ ਤਾਂ ਜਿੰਨਿਆਂ ਤੱਕ ਦਾ ਸੁਣਨ ਦੇ ਵਿੱਚ ਵੀ ਧਿਆਨ ਹੁੰਦਾ ਸੀ ਤਾਂ ਕਾਫ਼ੀ ਸਾਰੇ ਲੋਕ ਉਹ ਹੁੰਦੇ ਸੀ ਜਿਹੜੇ ਆਪਣੀਆਂ ਟੇਪ ਰਿਕਾਰਡਾਂ ਲੈ ਕੇ ਬਾਲਟੀਆਂ ਦੇ ਸਾਹਮਣੇ ਰਿਕਾਰਡ ਕਰਦੇ। ਬਿਲਕੁਲ ਬਿਲਕੁਲ, ਐਂ ਖੜ੍ਹੇ ਹੁੰਦੇ ਐਂ ਲਈ ਟੇਪਾਂ, ਹਾਂਜੀ ਉਦੋਂ ਟੇਪ ਦਾ ਰਿਵਾਜ਼ ਸੀ। ਹਾਂਜੀ ਹਾਂਜੀ, ਅਤੇ ਕੋਈ ਜਿਵੇਂ ਤੁਸੀਂ ਪਹਿਲੇ ਹੀ ਅਖਾੜੇ ਦੀ ਟਰੈਕਟਰ ਵਾਲੀ ਗੱਲ ਦੱਸੀ ਹੈ, ਕੋਈ ਇੱਦਾਂ ਦੀ ਸਟੇਜ ਯਾਦ ਹੀ? ਸਟੇਜਾਂ ਤਾਂ ਬਹੁਤ ਬਹੁਤ ਵਾਕਿਆਤ ਹੁੰਦੇ ਰਹੇ ਨੇ, ਬੰਦੇ ਵਧੀਆ ਵੀ ਬਹੁਤ ਮਿਲਦੇ ਸੀ, ਬੰਦੇ ਕਮੀਣੇ ਬਹੁਤ ਮਿਲਦੇ ਸੀ, ਬੰਦੇ ਕੋਈ ਪੈਸੇ ਦੱਬਣ ਵਾਲੇ ਵੀ ਮਿਲ ਜਾਂਦੇ, ਕਿਉਂ ਪਹਿਲਾਂ ਨਹੀਂ ਲੈਂਦੇ ਹੁੰਦੇ ਸੀ ਪੈਸੇ। ਅੱਛਾ ਜੀ, ਅਤੇ ਬਾਅਦ 'ਚ ਲੈਂਦੇ ਹੁੰਦੇ ਉਹ ਜੀ, ਉਹ ਤਾਂ ਮੁੰਡੇ ਕੋਲ ਨੇ, ਉਹ ਤਾਂ ਜੀ ਸ਼ਰਾਬੀ ਹੋ ਗਿਆ, ਤਾਂ ਅੱਜ ਤਾਂ ਤੁਸੀਂ ਗਾਇਆ ਹੀ ਨਹੀਂ ਜੀ, ਤਾਂ ਉਹ ਹੈ ਤਾਂ ਉਹ ਤੋਂ ਗਾਉਣ ਹੀ ਲਿਆ ਵਧੀਆ ਬਹਾਨੇ ਸਾਨੀਆਂ ਪੈਸੇ ਦੇਣ ਦੇ ਮਾਰੇ। ਉਹ ਤਾਂ ਜੀ ਮੁੰਡੇ ਦੇ ਮਾਮੇ ਕੋਲ ਨਹੀਂ ਪਏ, ਤਾਂ ਉਹ ਸ਼ਰਾਬੀ ਹੋ ਗਿਆ ਜੀ, ਡਿੱਗ ਪਿਆ। ਮੈਂ ਕਿਹਾ ਉਹ ਕਾਹਨੂੰ ਡਿੱਗ ਪਿਆ, ਤਾਂ ਅਸੀਂ ਡਿੱਗ ਪਏ। ਚਲੋ ਐਂ ਉਦੋਂ ਤਾਂ ਇਸ ਤਰ੍ਹਾਂ ਹੁੰਦਾ ਹੁੰਦਾ ਸੀ, ਕਈ ਵਾਰੀ ਫਸੇ ਵੀ ਅਸੀਂ। ਜਿਵੇਂ ਹੁਣ ਇੱਕ ਤਾਂ ਦੇ ਅਸੀਂ ਉਹਨਾਂ ਦੇ ਪਿੰਡ ਉਖਾੜਾ ਲਾਏ ਰਾਤ ਨੂੰ, ਸ਼ਾਮ ਨੂੰ ਸੀ ਉਹਨਾਂ ਦੇ ਜਿੱਥੇ ਵਿਆਹੁਣ ਗਏ ਸੀ, ਉੱਥੇ ਮੇਰੇ ਦੋ ਪ੍ਰੋਗਰਾਮ ਮੇਰੇ ਨੈਕਸਟ ਡੇ 'ਤੇ, ਅੱਛਾ ਜੀ, ਦੂਜਾ ਪ੍ਰੋਗਰਾਮ ਮੇਰਾ ਉਹਨਾਂ ਦੇ ਸੀ। ਹੂੰ, ਉਹ ਰਾਤ ਨੂੰ ਕਹਿੰਦੇ ਵੀ ਸਾਡੀ ਤਾਂ ਸਲਾਹ ਬਦਲ ਗਈ ਸਰ, ਸਵੇਰੇ ਲਵਾਵਾਂਗੇ। ਮੈਂ ਖੈਰ ਮੈਂ ਹੁਣ ਜੱਟ ਬੰਦਾ, ਉਦੋਂ ਮਨ 'ਚ ਭੈ ਭੂ ਨਹੀਂ ਹੁੰਦਾ ਸੀਗਾ ਜਵਾਨੀ ਦੀ। ਹਾਂਜੀ, ਉਹ ਮੈਂ ਖੈਰ ਮੈਂ ਸਵੇਰੇ ਨਹੀਂ ਮੈਂ ਲਾ ਸਕਦਾ, ਸਵੇਰੇ ਤਾਂ ਮੇਰੇ ਦੋ ਪਰਾਉਣ ਨੇ, ਮੈਂ ਦੂਰ ਜਾਣੇ, ਹਰੀ ਕੇ ਪਤਨ ਕਿੱਥੇ ਹੈ, ਉੱਥੇ ਜਾਣੇ, ਕਹਿੰਦੇ ਸਾਨੂੰ ਨਹੀਂ ਪਤਾ, ਨਿਕਲ ਕੇ ਦਿਖਾ। ਉਹ ਭਾਈ ਮੈਨੂੰ ਘੇਰ ਲਿਆ ਉਹਨਾਂ ਨੇ ਉੱਥੇ, ਅੱਛਾ ਘੇਰਿਆ ਹੋਇਆ। ਅਸੀਂ ਰੋਟੀ ਵਾੜੀ ਤਾਂ ਉਹਨਾਂ ਦੇ ਲਈ ਖਾ ਕਿ ਚਵਾਰਾ ਸਮਝੇ ਤਾ ਉਹਨਾਂ ਨੇ, ਉਹ ਚਵਾਰੇ ਤੁਸੀਂ ਪੈ ਗਏ। ਉਹ ਮੇਰੇ ਕੋਲ ਢੋਲਕ ਮਾਸਟਰ ਹੁੰਦਾ, ਉਹਦੀਆਂ ਬਾਹਾਂ ਛੋਟੀਆਂ ਹੁੰਦੀਆਂ ਨੇ, ਢੋਲਕ ਬਹੁਤ ਸ਼ਾਨਦਾਰ ਗਾਉਂਦਾ, ਅਤੇ ਉਹ ਗੱਡੀ 'ਚ ਪਿਆ ਸੀਗਾ ਥੱਲੇ, ਅਸੀਂ ਚਵਾਰੇ 'ਤੇ ਆਰਟਿਸਟ ਦੀ ਦੋ ਤਿੰਨ ਸਾਜੀ ਮੇਰੇ ਨਾਲ, ਉਹ ਆ ਗਏ ਰਾਤ ਨੂੰ ਜੀ। ਉਹਨੂੰ ਪੁੱਛਣਾ ਕਿੱਥੇ ਉਹ ਨਿਰਮਾਣ ਕਿੱਥੇ, ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜੀ, ਉਹਨੂੰ ਤਾਂ ਪਤਾ ਨਹੀਂ ਸੀ ਵਿਚਾਰੇ ਨੂੰ ਕਿੱਥੇ ਆ ਸੀ, ਕਹਿੰਦਾ ਮੈਨੂੰ ਨਹੀਂ ਜੀ ਪਤਾ ਕਿੱਥੇ, ਮੈਂ ਤਾਂ ਹੋਰੇ ਛੱਡ ਗਏ ਮੈਨੂੰ ਤਾਂ। ਕਹਿੰਦਾ ਅੱਛਾ ਚੰਗਾ, ਉਹਨਾਂ ਨੇ ਕਰਿਆ ਜੀ ਨਹੀਂ, ਗੱਡੀ ਸਾਡੇ ਮੂਹਰੇ ਲਾ ਤੀ ਬਈ ਰਾਤ ਨੂੰ ਨਿਕਲ ਭੱਜਣ ਨਹੀਂ ਦਿੰਦੇ, ਉਹ ਗੱਡੀ ਜੀਪ ਸੀ। ਅਸੀਂ ਜਦੋਂ 12-1 ਵੱਜ ਗਿਆ, ਸਾਨੂੰ ਗੱਲਾਂ ਸਭ ਸੁਣਦੀਆਂ ਸੀ ਉਹਨਾਂ ਦੀਆਂ, 1 ਵੱਜ ਗਿਆ। ਮੈਂ ਕਿਹਾ ਯਾਰ ਹੁਣ ਸਭ, ਮੈਂ ਕਿਹਾ ਸ਼ਰਾਬੀ ਬੰਦਾ ਹੁਣ ਨਹੀਂ ਉੱਠ ਸਕਦਾ ਕੋਈ। ਅਸੀਂ ਉੱਠ ਕੇ ਦੇਖਿਆ, ਮੈਂ ਕਿਹਾ ਯਾਰ ਵਾ ਗੱਡੀ ਸਾਡੀ ਹਵਾ ਕੱਢ ਗਈ ਗੱਡੀ ਦੀ, ਅਤੇ ਮੈਂ ਕਿਹਾ ਯਾਰ ਇਹ ਤਾਂ ਪੰਗਾ ਹੀ ਖੜ੍ਹਾ ਹੋ ਗਿਆ। ਉਹ ਕਹਿੰਦਾ ਹਵਾ ਦਾ ਚੱਲ ਜੂ ਜੀ ਕੰਮ, ਕਹਿੰਦਾ
ਹੈਗੀ ਮਾੜੀ ਮੋਟੀ ਤੁਰ ਇੱਥੋਂ ਨਿਕਲਣ ਜੋਗੀ। ਮੈਂ ਕਿਹਾ ਇਹਦਾ ਹੀ ਕਰੀਏ। ਉਹ ਦੇਖਿਆ ਉਹ ਨਿਊਟਰਲ ਸੀ, ਉਹ ਜੀਪ ਪਿੱਛੇ ਧੱਕ ਕੇ ਕਰਤੀ, ਧੱਕ ਕੇ ਕਰਕੇ ਅਸੀਂ ਗੱਡੀ ਵੀ ਧੱਕ ਕੇ ਲੈ ਕੇ ਗਏ ਫਿਰਨੀ, ਤਾਂ ਉਹਨੂੰ ਸਟਾਰਟ ਨਹੀਂ ਕਰੀ ਅਸੀਂ। ਜਦ ਸਟਾਰਟ ਹੋਈ ਗੱਡੀ ਉੱਥੇ ਜਾ ਕੇ ਕਰਕੇ ਅਸੀਂ ਫਿਰ ਫਿਰ ਉਹਨਾਂ ਨੂੰ ਬਾਬਾ ਤੋਂ ਆਵਾਜ਼ ਬੋਲੇ ਅਸੀਂ, ਉਹ ਕਰ ਲਓ ਜਿਹੜਾ ਕਰਨਾ ਆ ਜਾਂਦੇ ਹਾਂ। ਪਰ ਜਵਾਨੀ ਸੀ, ਚਲ ਉੱਥੇ ਕਰ ਕਰਾ ਕੇ ਆ ਗਏ। ਨੀਂਦ ਚੜ੍ਹੀ ਪਈ ਰਾਤ ਨੂੰ, ਫਿਰ ਉੱਥੇ ਸੂਲਰ ਘਰਾਟ ਹੈ, ਹਾਂਜੀ, ਉੱਥੇ ਬੈਂਚ ਪਏ ਤੇ ਡਰਾਈਵਰ ਨੂੰ ਮੈਂ ਕਿਹਾ ਪੈ ਜਾਇਆ ਤੂੰ ਵਿੱਚ ਮਾਰਾਂਗਾ ਇਹ। ਅਸੀਂ ਪੈ ਗਏ ਜਿੱਥੇ 2 ਘੰਟੇ, ਚਾਰ ਵਜੇ ਤੱਕ ਪਏ ਰਹੇ। 4 ਵਜੇ ਤੋਂ ਬਾਅਦ ਫਿਰ ਮੇਰਾ ਪ੍ਰੋਗਰਾਮ ਸੀ, ਪਹਿਲਾਂ ਇੱਥੇ ਪਿੰਡ ਹੈ ਉਹਨਾਂ ਵਾਲ ਕੇ ਪੇਦਨੀ, ਇੱਥੇ ਸੀਗਾ ਸਵੇਰੇ 10 ਵਜੇ ਉਹਨਾਂ ਦੇ। ਸ਼ਾਮ ਦਾ ਮੇਰਾ ਪ੍ਰੋਗਰਾਮ ਸੀਗਾ ਹਰੀ ਕੇ ਪੱਤਣ, ਉਹ ਕਿੱਥੇ ਜਦੋਂ, ਹਾਂਜੀ, ਚਲ ਇਹਨਾਂ ਅਸੀਂ ਤੜਕੇ 4 ਵਜੇ ਉੱਠ ਕੇ ਉਹਨਾਂ ਦੇ ਘਰ ਚਲੇ ਗਏ ਜਿਹਨਾਂ ਦੇ ਪ੍ਰੋਗਰਾਮ ਸੀ। ਉਹ ਕਹਿੰਦੇ ਐਂ, ਮੈਂ ਕਿਹਾ ਐਂ ਕਰਕੇ ਇਸ ਤਰ੍ਹਾਂ, ਜਦ ਕਹਿੰਦੇ ਪੈ ਜਾਓ ਕੋਈ ਗੱਲ। ਉੱਥੇ ਸਵੇਰੇ ਨਾਸ਼ਤਾ ਨੁਸ਼ਤਾ ਕੀਤਾ, ਉਹਨਾਂ ਦੇ ਪ੍ਰੋਗਰਾਮ ਕੀਤਾ, ਕਰ ਕਰਾ ਕੇ ਫਿਰ ਅਸੀਂ ਨੈਕਸਟ ਉੱਥੇ ਪ੍ਰੋਗਰਾਮ। ਅੱਛਾ, ਜਿਵੇਂ ਤਾਰੀ ਕੇ ਪੱਤਣ ਤੋਂ ਹੈ ਨਾ ਤੁਹਾਨੂੰ ਬੁੱਕ ਕਰਨ ਇੱਥੇ ਆਏ, ਹਾਂ, ਬਹੁਤ ਦੂਰੋਂ ਦੂਰੋਂ ਤੁਸੀਂ, ਹਾਂ, ਦੂਰੋਂ ਦੂਰੋਂ ਆਉਂਦੇ ਸੀ ਤੁਸੀਂ ਅਤੇ ਉਸਤਾਦ ਕਰਮਜੀਤ ਧੂਰੀ ਜੀ, ਇੱਥੇ ਰਹਿਣ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਹੈ ਤੁਸੀਂ, ਲੁਧਿਆਣੇ ਜਾ ਕੇ ਬੋਰਡ ਦੇ ਲਾਏ? ਨਾ, ਸਾਡੇ ਕੋਲ ਇੱਥੇ ਕੰਮ ਮੁੱਕਦਾ ਨਹੀਂ ਸੀ, ਇੱਥੇ ਆਏ ਨਹੀਂ ਸੀ, ਬਹੁਤ ਕੰਮ ਆ ਸਾਡ ਆ ਸਾਰੇ ਡੱਬ ਵਾਲੀ ਸਾਈਡ, ਈਵਨ ਉਹ ਬਾਰਡਰ ਦੇ ਏਰੀਏ, ਚੱਕ ਨੰਬਰ ਪੁਰਾਣਾ ਜੀ ਵੀ, ਉਹ ਹਨੂੰਮਾਨਗੜ੍ਹ, ਗੰਗਾ ਨਗਰ, ਸਾਰੇ ਉਹ ਸਾਰੀ ਸਾਈਡ ਸਾਡੇ ਕੋਲ ਇੱਥੇ ਆਉਂਦੀ ਸੀ। ਅੱਛਾ, ਕਿਉਂਕਿ ਲਗਾਤਾਰ ਹਫ਼ਤਾ ਹਫ਼ਤਾ ਉਹਨਾਂ ਪਿੰਡਾਂ 'ਚ ਰਹਿੰਦੇ ਸੀ, ਇੰਨਾ ਕੰਮ ਸਾਡੇ ਕੋਲ ਹੁੰਦਾ ਸੀ। ਵਿਦੇਸ਼ੀ ਟੂਰ ਵੀ ਲਾਏ ਹੋਣੇ? ਵਿਦੇਸ਼ੀ ਟੂਰ ਮੈਂ ਗਾਉਣ ਨਹੀਂ ਗਿਆ, ਉਦੋਂ ਇੰਨਾ ਰਿਵਾਜ਼ ਹੈ ਨਹੀਂ ਸੀ, ਮੈਂ ਵੈਸੇ ਹੀ ਹਾਂ। ਅੱਛਾ, ਵੈਸੇ ਮੈਂ ਆਸਟ੍ਰੇਲੀਆ ਜਾ ਕੇ। ਅਤੇ ਅੱਜ ਫਿਰ ਜਦੋਂ ਉਹਨਾਂ ਸਮਿਆਂ ਨੂੰ ਯਾਦ ਕਰਦੇ ਹੋ ਨਾ, ਉਹ ਸਮਾਂ ਸੀਗਾ, ਫਿਰ ਕਿਵੇਂ ਮਹਿਸੂਸ ਕਰ? ਆਨੰਦ ਲੈਂਦੇ ਹਾਂ, ਪੂਰਾ ਆਨੰਦ ਆਉਂਦਾ ਵੀ ਵਾਹ ਬਾਈ ਵਾਹ, ਆਹ ਵੀ ਵੈਲ ਸੀ, ਹੁਣ ਵੀ ਬਹੁਤ ਵਧੀਆ, ਬੁਢਾਪਾ ਬਹੁਤ ਸ਼ਾਨਦਾਰ ਇੰਜੋਏ ਕਰ ਰਿਹਾ ਮੈਂ, ਕਿਉਂਕਿ ਮੇਰੀ ਸਿਹਤ ਠੀਕ। ਹਾਂਜੀ, ਫਿੱਟ ਹੋ ਜੀ? ਬਿਲਕੁਲ ਬਿਲਕੁਲ ਫਿੱਟ ਹਾਂ, ਮੇਰੀ 88 ਸਾਲ ਦੀ ਉਮਰ ਹੈ ਇਸ ਵੇਲੇ, 88। ਵਾਹ ਜੀ ਵਾਹ। ਹਾਂ, ਕੈਸਟਾਂ ਕਿੰਨੀਆਂ ਆਈਆਂ? ਉਸੇ ਤਰ੍ਹਾਂ ਮੈਂ ਗਾ ਦਿੰਦਾ ਅਜੇ ਵੀ, ਹੈ ਵਾਹ ਜੀ ਵਾਹ। ਮੇਰੀਆਂ ਕੈਸਟਾਂ ਤਾਂ 4-5 ਹੀ ਆਉਣਗੀਆਂ, ਤਵੇ ਆਏ ਨੇ ਹੋਣਗੇ, 30-25 ਹੋਣਗੇ ਮੇਰੇ, ਸਮਝ ਲਓ ਵੀ 50-55 ਗੀਤ ਤਾਂ ਤਵਿਆਂ 'ਚ ਹੋਣਗੇ, 45 ਕੁ ਬਾਕੀ ਮੇਰੇ ਹੋਣ, ਮੇਰੇ 70-80 ਗੀਤ ਰਿਕਾਰਡ ਨੇ ਸਾਰੇ। ਵਾਹ ਜੀ ਵਾਹ। ਅਤੇ ਲਵਲੀ ਬਾਈ ਜੀ ਨੂੰ ਫਿਰ ਨਿਰਮਾਣ ਨੂੰ ਕਦੋਂ ਲੈ ਕੇ ਆਏ ਵਰਿੰਦਰ ਮਾਰਕੀਟ 'ਚ? ਲਵਲੀ ਤਾਂ ਆਪਦੀ ਹਿੰਮਤ ਨਾਲ ਆਪ ਆਇਆ। ਅੱਛਾ ਜੀ, ਘਰ ਮਾਹੌਲ ਹੋਇਆ ਜਾਏਗਾ, ਅਸੀਂ ਦੇਖਦਾ ਤਾਂ ਰਹਿੰਦਾ ਸੀ ਨਾ ਜੀ ਬਾਪੂ ਨੂੰ, ਮੈਂ ਪੜ੍ਹਾਉਣ ਪੜ੍ਹਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਹਾਂਜੀ, ਪਰ ਉਹ ਪੜ੍ਹਿਆ ਨਹੀਂ। ਅੱਛਾ, ਉਹ ਮੈਂ ਥੋੜ੍ਹੀ ਪੜ੍ਹਿਆ ਸੀ, ਉਹ ਫਿਰ ਸਦੀਕ ਸਾਹਿਬ ਨੂੰ ਨੇ ਸੁਣਿਆ ਇੱਕ ਵਾਰੀ, ਉਹਨੂੰ ਕਹਿੰਦੇ ਯਾਰ ਤੇਰਾ ਮੁੰਡਾ ਬਹੁਤ ਵਧੀਆ ਗਾਉਂਦਾ, ਕਿਉਂ ਇਹਦੇ ਪੜ੍ਹਨ ਦੇ ਮਗਰ ਪਿਆ ਤੈਨੂੰ ਇਹਨੂੰ ਗਾਉਣ ਦਾ? ਉਹ ਮੈਂ ਕਿਹਾ, ਮੈਂ ਕਿਹਾ ਸੀ ਜਿਵੇਂ ਮੈਂ ਪੜ੍ਹਿਆ ਹੋਇਆ, ਮੈਂ ਕਿਹਾ ਇੰਨਾ ਪੜ੍ਹਿਆ ਹੋਣਾ ਚਾਹੀਦਾ। ਚਲੋ, ਉਹ ਕਹਿੰਦੇ ਠੀਕ ਹੈ, ਮੈਂ ਚੱਲ ਬਈ ਤੇਰੀ ਮਰਜ਼ੀ ਹੈ, ਇਹ ਤਾਂ ਟਿਊਸ਼ਨ 'ਤੇ ਜਾਇਆ ਕਰੇ ਤਾਂ ਵੀ ਨਾ ਜਾਇਆ ਕਰੇ, ਮੇਰੇ ਡਰਾਈਵਰਾਂ ਨਾਲ ਫਿਰ ਜਾਇਆ ਕਰੇ, ਸਕੂਲ ਜਾਇਆ ਕਰੇ, ਉੱਥੋਂ ਭੱਜਿਆ ਕਰੇ, ਫਿਲਮ ਦੇਖਣ ਉਹ ਜਾਇਆ ਕਰੇ। ਚੱਲ, ਮੈਂ ਕਿਹਾ ਫਿਰ ਇਹ ਮੇਰੇ ਨਾਲ ਜਾਣ ਲੱਗ ਗਿਆ, ਮੇਰੇ ਜਾਣ ਲੱਗ, ਇਹਦੀ ਫਰਮਾਇਸ਼ ਹੋਣ ਲੱਗ ਗਈ, ਬਹੁਤ ਪਿਆਰਾ ਗਾਉਣ ਲੱਗ। ਮੇਰੇ ਘਰ ਸਾਰੇ ਆਰਟਿਸਟ ਰਾਤ ਕਰਕੇ ਜਾਂਦੇ ਸੀ ਇੱਧਰ ਪ੍ਰੋਗਰਾਮਾਂ 'ਤੇ ਹੋਏ। ਅੱਛਾ ਜੀ, ਮਾਨਕ ਸਾਹਿਬ ਨਾਲ ਤਾਂ ਮੇਰੀ ਬਹੁਤ ਜ਼ਿਆਦਾ ਸੀ, ਉਹ ਹੁਣ ਮੇਰੇ ਕੋਲ ਮੋਸਟਲੀ ਘਰ ਆਉਂਦੇ, ਛਿੰਦਾ ਮੇਰੇ ਕੋਲ ਘਰ ਆਉਂਦਾ, ਗਰੇਵਾਲ ਸਾਹਿਬ ਮੇਰੇ ਕੋਲ ਆ ਜਾਂਦੇ, ਸਦੀਕ ਸਾਹਿਬ ਵੈਸੇ ਆਏ ਨੇ, ਉਹ ਰਹੇ ਨਹੀਂ ਕਦੇ, ਅਤੇ ਸਾਰੇ ਆਰਟਿਸਟ ਮੇਰੇ ਨਾਲ ਵਧੀਆ, ਸਾਰਿਆਂ ਨਾਲ ਮੇਰੀ ਬਹੁਤ ਵਧੀਆ ਸੀ ਜੀ ਜੀ। ਅਤੇ ਉਹ ਉਹਨਾਂ ਨੇ ਸੁਣਿਆ ਲਵਲੀ ਨੂੰ, ਉਹ ਕਹਿੰਦੇ ਬੜਾ ਪਿਆਰਾ ਗਾਉਂਦਾ ਤੇਰਾ ਮੁੰਡਾ ਯਾਰ।
ਸੋ ਪਿਛਲੇ ਦਿਨ ਤੁਸੀਂ ਇੱਕ ਲਹਿਰੇ ਕਰਕੇ ਪ੍ਰੋਗਰਾਮ ਤੇ ਗੀਤ ਗਾਇਆ ਸੀਗਾ, ਕਿਉਂਕਿ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ, ਆਪਾਂ ਨੂੰ ਜਲਦੀ ਸਮਾਪਤੀ ਕਰਨੀ ਪੈਣੀ ਹੈ, ਤੇ ਉਹ ਲਾਜ਼ਮੀ ਸੁਣਾਓ ਜੀ। ਉਹ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋਇਆ, ਮੂਲ ਚੰਦ ਸ਼ਰਮਾ ਦਾ ਗੀਤ ਹੈ ਪੰਚਨ ਵਾਲੇ ਦਾ। ਹਾਂਜੀ, ਪੰਜਾਬੀ ਸਹਿਤ ਸਭਾ ਸਾਡਾ ਪ੍ਰਧਾਨ ਹੈ, ਮੈਂ ਜਨ ਸਕੱਤਰ ਰਿਹਾ ਹੁਣ। ਹਾਂਜੀ, 30 ਸਾਲ ਤੋਂ ਜਨ ਸਕੱਤਰ ਸੀ ਮੈਂ ਹੁਣ ਪੰਜਾਬੀ ਸਹਿਤ ਸਭਾ, ਪਰ ਐਤਕੀ ਮੈਂ ਛੱਡਤਾ ਨਵੇਂ ਮੁੰਡੇ ਨੂੰ। ਹਾਂਜੀ, ਉਹ ਗੀਤ ਸੀਗਾ, ਡੱਕਾ ਨਾ ਦੂਰਾ ਕਰਦਾ ਰਹਿਣੇ ਤੂੰ ਹੋ ਕੇ ਪਰਦਾ, ਜਿੰਨਾ ਚਿਰ ਜੀਵੀ ਕੋਲੇ ਓਨਾ ਚਿਰ ਜੱਟਾ ਸਰਦਾ, ਮਗਰੋਂ ਕੀ ਖਾਵੇਂਗਾ ਸਾਰੀ ਜਦ ਟਿਕਜੂ ਗਹਿਣੇ, ਕਿੱਧਰ ਨੂੰ ਜਾਵੇਂਗਾ ਸਾਰੀ ਜਦ ਟਿਕਜੂ ਗਹਿਣੇ। ਉਹ ਕਹਿੰਦਾ ਪਾਣੀ ਦਾ ਜੱਗ ਫੜਾ ਦੇ, ਕੌਲੀ ਵਿੱਚ ਸਬਜ਼ੀ ਪਾ ਦੇ, ਸੀਰੀ ਨੂੰ ਪੇਜਰ ਕਾਨੇ, ਅਧਿਆ ਇੱਕ ਹੋਰ ਮੰਗਾ ਦੇ, ਹੋ ਜੇ ਅੱਖ ਖੜੀ ਕੁੜੇ, ਮੌਸਮ ਹੋ ਗਿਆ ਸੁਹਾਣਾ, ਲੱਗੀ ਆ ਚੜੀ ਕੁੜੇ, ਮੌਸਮ ਹੋ ਗਿਆ ਸੁਹਾਣਾ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਅਤੇ ਮੌਸਮ ਇੱਧਰੋਂ ਵੀ ਸੁਹਾਣਾ ਹੋ ਗਿਆ ਜੀ। ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਧੰਨਵਾਦ। ਹਾਂਜੀ, ਇੱਛਾ ਸੀ, ਕਿਉਂਕਿ ਬਾਕੀ ਗੱਲਾਂ ਬਾਤਾਂ ਜਿਹੜੀਆਂ ਰਹਿੰਦੀਆਂ ਨੇ ਉਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਆਪਾਂ ਸੰਗਤ ਦੇ ਨਾਲ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀਆਂ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ, ਤੁਹਾਡੇ ਰੰਗ ਪੰਜਾਬ ਦੇ ਆਪਣਾ ਚੈਨਲ, ਔਰ ਤੁਹਾਡਾ ਧਰਮਾ ਹਰਿਆਓ ਜੀ, ਔਰ ਨਾਲ ਸਾਥੀ ਤੁਹਾਡੇ ਜਿਹੜੇ ਜੀ, ਔਰ ਬੇਟਾ ਇਹ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਇੱਕ ਪੰਜਾਬੀ ਦੇ ਉਹ ਫਨਕਾਰ ਜਿਹੜੇ ਕਿ ਮੈਂ ਪਹਿਲਾਂ ਵੀ ਦੱਸਿਆ, ਪਹਿਲਾਂ ਵੀ ਵੱਜਦੇ ਸੀ ਅਤੇ ਅੱਜ ਵੀ ਉਸੇ ਤਰ੍ਹਾਂ ਹੀ ਵੱਜਦੇ ਨੇ, ਇਸੇ ਤਰ੍ਹਾਂ ਹੀ ਲੋਕ ਪਿਆਰ ਕਰਦੇ ਨੇ, ਸੁਣਦੇ ਨੇ। ਸੋ ਇਸ ਵੀਡੀਓ 'ਤੇ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ, ਅਤੇ ਤੁਹਾਡੀ ਕੋਈ ਇੱਛਾ ਹੁੰਦੀ ਹੈ ਕਿ ਆਪਾਂ ਇਸ ਤਰ੍ਹਾਂ ਦੀ ਕਿਸੇ ਵੀ ਕਲਾਕਾਰ ਦੀ ਜਾਂ ਕੋਈ ਕਹਾਣੀ ਕਰਵਾਉਣੀ ਹੈ ਤਾਂ ਤੁਸੀਂ ਸਾਡੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਸੋ ਅਗਲੀ ਵਾਰੀ ਆਪਾਂ ਕਿਸੇ ਹੋਰ ਸ਼ਖਸੀਅਤ ਦੇ, ਕਲਾਕਾਰ ਦੇ, ਪਹਿਲਵਾਨ ਦੇ, ਕਬੱਡੀ ਖਿਡਾਰੀ ਦੇ ਰੂਬਰੂ ਕਰਵਾਵਾਂਗੇ। ਵੇਖਦੇ ਰਹੋ ਰੰਗ ਪੰਜਾਬ ਦੇ ਯੂਟਿਊਬ ਚੈਨਲ। ਸਤਿ ਸ਼੍ਰੀ ਅਕਾਲ।